हेलो फ्रेंड्स गेल्स मैंटॉर ई लर्निंग प्लेटफॉर्म से स्वागत है अ ट्वेंटी सिक्सथ नवंबर है तो आप रेडी अपने कैंट अफेयर सैशन के नाम कैंट अफेयर सैशन जो कि इंपोर्टेंट होएगा डिफरेंट डिफरेंट एग्जाम्स पंजाब पटवारी पी पी एस सी पी सी सी एल सी एच एस एल और बैंकिंग एग्जाम आप स्टार्ट करा अस का सैशन सब तो पहले सैशन शेयर करना स्टार्ट कर दो जिथे भी शेयर कर फेसबुक ਜਿੱਥੇ ਵੀ ਤੁਸੀਂ ਆਪਣੇ ਫਰੈਂਡਸ ਦੇ ਨਾਲ ਜੁੜੇ ਹੋਓ ਸੈਸ਼ਨ ਨੂੰ ਸ਼ੇਅਰ ਕਰਨਾ ਸਟਾਰਟ ਆਪਾਂ ਸਟਾਰਟ ਕਰਾਂਗੇ ਸੈਸ਼ਨ ਸਭ ਤੋਂ ਪਹਿਲੇ IBPS RRB JE ਪੰਜਾਬ ਪੰਜਾਬ ਪੁਲਿਸ SI ਔਰ ਪਟਵਾਰੀ ਦੇ ਲਈ ਬੈਚੀ ਸ਼ੁਰੂ ਕੀਤੇ ਜਾ ਚੁੱਕੇ ਨੇ ਤੁਸੀਂ ਚਾਹੋ ਤਾਂ ਐਨਰੋਲ ਕਰਵਾ ਸਕਦੇ ਹੋ ਐਨਰੋਲ ਕਰਵਾਉਣ ਦੇ ਲਈ ਸਿੰਪਲੀ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ ਵੈਬਸਾਈਟ ਦਾ ਲਿੰਕ ਇੱਥੇ ਦਿੱਤਾ ਹੋਇਆ ਹੈ ਹੋਰ ਵੀ ਕਿਸੇ ਤਰੀਕੇ ਦੇ ਕ੍ਰੈਸ਼ ਕੋਰਸ ਜਾਂ ਮੌਕ ਟੈਸਟ ਸੀਰੀਜ਼ ਨੂੰ ਅਗਰ ਤੁਸੀਂ ਅਵੇਲ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਵੈਬਸਾਈਟ ਨੂੰ ਵਿਜ਼ਿਟ ਕਰ ਸਕਦੇ ਹੋ ਜਾਂ ਫਿਰ ਸਾਡੀ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਸਕਦੇ ਹੋ ਹਰ ਤਰੀਕੇ ਦੀ ਜਾਣਕਾਰੀ ਤੁਹਾਨੂੰ ਐਪਲੀਕੇਸ਼ਨ ਤੇ ਮਿਲ ਜਾਏਗੀ ਇਸ ਤੋਂ ਇਲਾਵਾ ਚੈਨਲ ਨੂੰ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਔਰ ਵੀਡੀਓਜ਼ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਰਹੋ ਆਪਾਂ ਸਟਾਰਟ ਕਰਦੇ ਹਾਂ ਸੈਸ਼ਨ ਸਭ ਤੋਂ ਪਹਿਲੇ ਉਹਨਾਂ న్యూਸ ਨੂੰ ਡਿਸਕਸ ਕਰਾਂਗੇ ਜਿਨ੍ਹਾਂ ਨੂੰ ਕੱਲ ਆਪਾਂ MCQ ਫਾਰਮ ਦੇ ਵਿੱਚ ਡਿਸਕਸ ਕੀਤਾ ਸੀ ਉਹਨਾਂ ਦੀ ਰਿਵੀਜ਼ਨ ਕਰਾਂਗੇ ਉਸ ਤੋਂ ਬਾਅਦ ਚੱਲਾਂਗੇ ਅੱਜ ਦੀ ਮੋਸਟ ਇੰਪੋਰਟੈਂਟ న్యూਸ ਨੂੰ MCQ ਫਾਰਮ ਦੇ ਵਿੱਚ ਡਿਸਕਸ ਕਰਾਂਗੇ सब तो पहले ट्वेंटी फिफ्थ ऑफ नवंबर ट्वेंटी फिफ्थ नवंबर न इंटरनेशनल डे ऑफ एलीमीनेशन ऑफ वायलेंस अगेंस्ट वूमेन, इंटरनेशनल डे फॉर एलीमीनेशन ऑफ वायलेंस अगेंस्ट वूमेन, इस दिन ऑबजर्व किया गया इस दिन की थीम रही ऑरेंज द वर्ल्ड फंड रिसपोंड प्रीवेंट और औरलैक्ट ऑरेंज द वर्ल्ड फंड रिसपोंड प्रीवेंट औरलैक्ट इस दिन की थीम रही ठीक है जी इसके अलावा अपने डेट डिसकस किया एटीन टू लैके ट्वेंटी फोर्थ नवंबर एटीन टू ट्वेंटी फोर्थ नवंबर नबजर्व किया एंटी माइक्रो बैक्ट बैक्टीरीयल वीक एंटी माइक्रो बैक्टीरीयल वीक अपने ओबजर्व किया जिसनू डबल्यू एचओ द्वारा ओबजरव किया गया डबल्यू एच ओ द्वारा अनाउंस किया गया ओबजर्व किया गया थीम रही है यूनाइटिड टू प्रीवेंट एंटी माइक्रोबल्स यूनाइटिड टू प्रीवेंट प्रिजर्व यूनाइटिड टू प्रिजर्व एंटी माइक्रोबीअल जनेवा स्विटरलैंड हैडक्वा है डबल्यू एच ओ की अगर आपेडरोस एडानोम इस हैड ने टैडरोस एडानोम इस दैड ने एयरपोर्ट अथॉरिटी ऑफ इंडिया एयरपोर्ट ऑफ इंडिया की गल गए तो एवीएशन सिक्योरिटी अवेयरनैस वीक ऑबजर्व कियावीएशन सेफट्टी अवेयरनैस वीक एयरपोर्ट अथॉरिटी ऑफ इंडिया द्वारा ओबजरव किया गया तेई तो लैके सताई नवंबर तक ਨਿਊ ਦਿੱਲੀ ਦੇ ਵਿੱਚ ਹੈੱਡਕੁਆਟਰ ਹੈ 1995 ਦੇ ਵਿੱਚ ਇਸ ਨੂੰ ਬਣਾਇਆ ਗਿਆ ਸੀ ਅਰਵਿੰਦ ਸਿੰਘ ਅਰਵਿੰਦ ਸਿੰਘ ਇਜ਼ ਦੇ ਹੈੱਡ ਨੇ ਠੀਕ ਹੈ ਜੀ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰਦੇ ਹਾਂ ਐਵੀਏਸ਼ਨ ਦੀ ਤਾਂ ਸਿਵਲਾਈਜੇਸ਼ਨ ਮਿਨਿਸਟਰੀ ਦੀ ਗੱਲ ਕਰਦੇ ਹਾਂ ਤਾਂ ਰਾਜ ਸਭਾ ਐਮਪੀ ਨੇ ਹਿਮਾਚਲ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਐਮਪੀ ਨੇ ਉੱਤਰ ਪ੍ਰਦੇਸ਼ ਤੋਂ ਮਿਨਿਸਟਰ ਦਾ ਨਾਮ ਕੀ ਹੈ ਹਰਦੀਪ ਸਿੰਘ ਪੁਰੀ हरदीप सिंह पुरी जो कि राज्यसभा एमपी ने उत्तर प्रदेश ਤੋਂ ਇਹਨਾਂ ਲਈ ਸਿਵਲ ਐਲੀਵੇਸ਼ਨ ਮਿਨਿਸਟਰੀ ਹੈ ਠੀਕ ਹੈ ਜੀ ਨੈਕਸਟ ਚੱਲਦੇ ਹਾਂ سعید ਨਜ਼ਰੁਦੀਨ ਸ਼ਾਹ سعید ਨਜ਼ਰੁਦੀਨ ਸ਼ਾਹ ਕਾਫੀ ਅੱਛੇ ਐਕਟਰ ਨੇ ਇਹਨਾਂ ਨੂੰ ਇਹਨਾਂ ਨੂੰ ਕੀ ਦਿੱਤਾ ਗਿਆ ਅਵਾਰਡ ਦਿੱਤਾ ਗਿਆ ਅਦਿੱਤ્ય ਵਿਕਰਮ ਮਿਰਲਾ ਕਲਾ ਸ਼ਿਖਰ ਪੁਰਸਕਾਰ ਅਦਿੱਤ્ય ਵਿਕਰਮ ਮਿਰਲਾ ਕਲਾ ਸ਼ਿਖਰ ਪੁਰਸਕਾਰ ਕਿੰਨਾਂ ਨੇ ਜਿੱਤਿਆ سعید ਨਜ਼ਰੁਦੀਨ ਸ਼ਾਹ ਨੇ ਸੰਗੀਤ ਕਲਾ ਕੇਂਦਰ ਦੁਆਰਾ ਇਹ ਅਵਾਰਡ ਦਿੱਤਾ ਜਾਂਦਾ ਹੈ 1996 ਤੋਂ ਲਗਾਤਾਰ ਇਸ ਅਵਾਰਡ ਨੂੰ ਦਿੱਤਾ ਜਾ ਰਿਹਾ ਹੈ ਅਗਰ ਸੰਗੀਤ ਕਲਾ ਕੇਂਦਰ ਦੀ ਗੱਲ ਕਰਦੇ ਨੇ ਤਾਂ 1973 ਦੇ ਵਿੱਚ ਇਸ ਨੂੰ ਬਣਾਇਆ ਗਿਆ ਸੀ ਡੈਨੀਅਲ ਮੈਦਵਦੀਵ ਡੈਨੀਅਲ ਮੈਦਵਦੀਵ ਜੋ ਕਿ ਰਸ਼ੀਆ ਤੋਂ ਬਿਲੋਂਗ ਕਰਦੇ ਨੇ ਰਸ਼ੀਆ ਤੋਂ ਬਿਲੋਂਗ ਕਰਦੇ ਨੇ ਡੈਨੀਅਲ ਮੈਦਵਦੀਵ ਇਹਨਾਂ ਦੁਆਰਾ ATP ਟੂਰ ਫਾਈਨਲਸ ATP ਟੂਰ ਫਾਈਨਲਸ 2020 ਜਿੱਤਿਆ ਗਿਆ ਠੀਕ ਹੈ ਕਿਸ ਨੂੰ ਹਰਾ ਕੇ ਡੋਮਿਨਿਕ ਥੀਮ ਨੂੰ ਹਰਾ ਕੇ ਡੋਮਿਨਿਕ ਥੀਮ ਕਿੱਥੋਂ ਬਿਲੋਂਗ ਕਰਦੇ ਨੇ ਆਸਟਰੀਆ ਤੋਂ ਠੀਕ ਹੈ ਜੀ ਆਸਟਰੀਆ ਕੈਪੀਟਲ ਵਿਆਨਾ ਹੈ ਕਰੰਸੀ ਯੂਰੋ ਚੱਲਦੀ ਹੈ ਨੈਕਸਟ ਇਕਨੋਮਿਕ ਇੰਟੈਲੀਜੈਂਸ ਯੂਨਿਟ ਇਕਨੋਮਿਕ ਇੰਟੈਲੀਜੈਂਸ ਯੂਨਿਟ ਦੁਆਰਾ ਰਿਪੋਰਟ ਜਾਰੀ ਕੀਤੀ ਗਈ ਇਥੇ ਬਾਇ ਮਿਸਟੇਕ ਕੱਲ ਮੈਨੇ ਮੁੰਬਈ ਦੀ ਜਿਹੜੀ ਗੱਲ ਕੀਤੀ ਸੀ 68 ਪਲੇਸ ਦਾ ਹਸਤਾ ਸੀ ਮੁੰਬਈ 111th ਪਲੇਸ ਤੇ ਹੈ ਦੋ ਇੰਡੈਕਸ ਮਿਕਸ ਹੋ ਗਏ ਸੀ ਵਰਲਡਵਾਈਡ ਕੋਸਟ ਆਫ ਲੀਵਿੰਗ ਰਿਪੋਰਟ ਹੈ ਜਿਹੜੀ ਇਸ ਨੂੰ 2020 ਦੇ ਵਿੱਚ ਰਿਲੀਜ਼ ਕੀਤਾ ਗਿਆ 133 ਸਿਟੀਜ਼ ਦੇ ਵਿੱਚ ਹਾਂਗਕਾਂਗ ਦੁਬਾਰਾ ਟੌਪ ਕੀਤਾ ਗਿਆ ਦੂਸਰੇ ਪਲੇਸ ਤੇ ਪੈਰਿਸ ਔਰ ਥਰਡ ਨੰਬਰ ਤੇ ਜ਼ੁਰੀਚ ਰਹੀ ਹੈ ਮੁੰਬਈ ਮੁੰਬਈ 111ਵੇਂ ਪਲੇਸ ਤੇ ਰਹੀ ਹੈ ਔਰ ਦਿੱਲੀ 121ਵੇਂ ਪਲੇਸ ਤੇ ਰਹੀ ਹੈ ਇਸ ਇੰਡੈਕਸ ਦੇ ਵਿੱਚ ਔਰ ਲਾਸਟ ਦੀ ਗੱਲ ਕਰਦਾ ਤਾਂ ਡੈਮਸਕਸ ਸੀਰੀਆ ਦੀ ਡੈਮਸਕਸ ਔਰ ਤਾਸ਼ਕੰਦ ਕੁਝ ਬੇਕਿਸਥਾਨ ਇਸ ਦੇ ਵਿੱਚ ਲਾਸਟ ਨੰਬਰ ਤੇ ਰਹੇ ਨੇ ਵਰਲਡ ਦੀ ਮੋਸਟ ਐਕਸਪੈਂਸਿਵ ਸਿਟੀਜ਼ ਦੇ ਵਿੱਚ ਠੀਕ ਹੈ ਜੀ ਨੈਕਸਟ ਹੈ ICC ICC जी ਗੱਲ ਕਰਦੇ ਆ ICC ਦੁਆਰਾ ਨਿਊ ਰੂਲਸ ਐਂਡ ਸੈਟ ਅਨਾਉਂਸ ਕੀਤੇ ਗਏ ਨੇ ਕਿ ਮਿਨੀਮਮ ਏਜ ਇੰਟਰਨੈਸ਼ਨਲ ਕ੍ਰਿਕਟ ਖੇਡਣ ਦੇ ਲਈ ਇੰਟਰਨੈਸ਼ਨਲ ਕ੍ਰਿਕਟ ਖੇਡਣ ਦੇ ਲਈ ਜਿਹੜੀ ਮਿਨੀਮਮ ਏਜ ਹੋਏਗੀ ਕਿਸੇ ਪਲੇਅਰ ਦੀ ਉਹ ਕਿੰਨੀ ਹੋਏਗੀ 15 ইয়ার্স ਮਿਨੀਮਮ ਏਜ 15 ইয়ার্স IIT मद्रास IIT मद्रास ਦੁਆਰਾ ਇੱਕ ਸੋਲਰ ਪਾਵਰ ਅਨਮੈਂਡ ਸਰਵੇ ਕ੍ਰਾਫਟ सर्वे क्राफ्ट डेवलप ਕੀਤਾ ਗਿਆ ਔਰ ਇਸ ਨੂੰ ਸਕਸੈਸਫੁਲੀ ਟੈਸਟ ਵੀ ਕੀਤਾ ਗਿਆ ਆਈਆਈਟੀ ਮਦਰਾਸ ਦੁਆਰਾ ਹੀ ਇਸ ਨੂੰ ਕਮਰਾਜਰ ਪੋਰਟ ਚੇਨਈ ਦੇ ਵਿੱਚ ਕਮਰਾਜਰ ਪੋਰਟ ਚੇਨਈ ਦੇ ਵਿੱਚ ਟੈਸਟ ਕੀਤਾ ਗਿਆ ਠੀਕ ਹੈ ਤਾਂ ਆਪਣੇ ਲਈ ਇੰਪੋਰਟੈਂਟ ਬਣ ਜੇਗਾ ਸਟੈਟਿਕ ਫਾਰਮ ਦੇ ਵਿੱਚ ਵੀ ਕਿ ਕਮਰਾਜਰ ਪੋਰਟ ਕਿਹੜੀ ਸਟੇਟ ਦੇ ਵਿੱਚ ਹੈ ਕਮਰਾਜਰ ਕਮਰਾਜਰ ਪੋਰਟ ਤਾਮਿਲਨਾਡੂ ਦੇ ਵਿੱਚ ਹੈ ਤਾਮਿਲਨਾਡੂ ਦੇ ਚੇਨਈ ਦੇ ਵਿੱਚ ਠੀਕ ਹੈ ਜੀ ਹੋਮ ਮਿਨਿਸਟਰ ਹੋਮ ਮਿਨਿਸਟਰ ਅਮਿਤ ਸ਼ਾਹ ਨੇ ਇਹਨਾਂ ਨੇ ਇਨੋਗ੍ਰੇਟ ਕੀਤੀ ਕੋਵਿਡ 19 ਲੈਬ ਇੱਕ ਮੋਬਾਈਲ ਕੋਵਿਡ 19 ਲੈਬ ਆਈਸੀਐਮਆਰ ਦੁਆਰਾ ਜਿਹੜੀ ਬਣਾਈ ਗਈ ਹੈ ਆਈਸੀਐਮਆਰ ਦੇ ਵਿੱਚ ਇਨੋਗ੍ਰੇਟ ਕੀਤੀ ਹੈ ਸਪਾਈਸ ਹੈਲਥ ਦੇ ਨਾਲ ਮਿਲ ਕੇ ਇਸ ਨੂੰ ਬਣਾਇਆ ਗਿਆ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੁਆਰਾ ਮਲਟੀ ਸਟੋਰੀ ਫਲੈਟਸ ਮਲਟੀ ਸਟੋਰੀ ਫਲੈਟਸ ਇਨੋਗ੍ਰੇਟ ਕੀਤੇ ਗਏ ਐਮਪੀਜ਼ ਦੇ ਲਈ ਬੀੜੀ ਮਾਰਗ ਨਿਊ ਦਿੱਲੀ ਦੇ ਵਿੱਚ ਬੀੜੀ ਮਾਰਗ ਨਿਊ ਦਿੱਲੀ ਦੇ ਵਿੱਚ ਠੀਕ ਹੈ ਜੀ ਨੈਕਸਟ ਰੋਡ ਟਰਾਂਸਪੋਰਟ ਦੀ ਗੱਲ ਕਰਦੇ ਹਾਂ ਰੋਡ ਟਰਾਂਸਪੋਰਟ ਮਿਨਿਸਟਰੀ ਨਿਤਿਨ ਗੜਕਰੀ ਲਵੇ ਹੈ ਇਹਨਾਂ ਦੁਆਰਾ ਅਨਾਉਂਸ ਕੀਤਾ ਗਿਆ ਸੀ ਈ ਚਾਰਜਿੰਗ ਕਿਓਸਕ ਈ ਚਾਰਜਿੰਗ ਕਿਓਸਕ ਅਨਾਉਂਸ ਕੀਤੇ ਗਏ ਕਿ ਹਰ ਇੱਕ ਪੈਟਰੋਲ ਪੰਪ ਦੇ ਉੱਤੇ ਈ ਚਾਰਜਿੰਗ ਕਿਓਸਕ ਲਗਾਏ ਜਾਣਗੇ ਠੀਕ ਹੈ ਜੀ ਤਕਰੀਬਨ 69000 ਪੈਟਰੋਲ ਪੰਪਸ ਬਾਰੇ ਅਨਾਉਂਸ ਕੀਤਾ ਗਿਆ ਐਜੂਕੇਸ਼ਨ ਮਿਨਿਸਟਰੀ ਰਮੇਸ਼ ਪੋਖਰੀਆ ਨਿਸ਼ਾਂਕ ਲਵੇ ਹੈ ਇਹਨਾਂ ਨੇ छियाली ऑनलाइन कोर्सिज़ ने इनोगरेट किया छियाली ऑनलाइन फैकल्टी डेवलपमेंट प्रोग्राम फैकलिट्ट डेवलपमेंट प्रोग्राम इनोगरेट किया अटल अकैडमी फैकलिटी डेवलपमेंट प्रोग्राम अटल अकै अटल अकैडमी फैकलिटी डेवलपमेंट प्रोग्रामसू न्यूज़ काफ़ी इंपोर्टेंट बनेगी सुधा मूर्ति सुधा मूर्ति इक्कीवा लाल बहादुर शास्त्री नैशनल अवॉर्ड दिता गया एक लाल बहादुर शास्त्री ਨੈਸ਼ਨਲ ਅਵਾਰਡ ਕਿੰਨਾ ਨੇ ਦਿੱਤੇ ਸੁਧਾ ਮੂਰਤੀ ਨੇ ਦਿੱਤੇ ਫੋਰ ਐਕਸੀਲੈਂਸ ਇਨ ਫਲੈਂਟਰੋਪਿਕ ਵਰਕ ਜਿਸ ਅਵਾਰਡ ਨੂੰ ਦਿੱਤਾ ਗਿਆ ਵਾਈਸ ਪ੍ਰੈਜ਼ੀਡੈਂਟ ਐਮ ਵੈਂਕੇ ਨਾਇਡੂ ਦੁਆਰਾ ਪ੍ਰੈਜ਼ੀਡੈਂਟ ਐਮ ਵੈਂਕੇ ਨਾਇਡੂ ਦੁਆਰਾ ਇਸ ਨੂੰ ਓਨਰ ਕੀਤਾ ਗਿਆ ਨੈਕਸਟ ਰਵੀ ਸ਼ੰਕਰ ਪ੍ਰਸਾਦ ਰਵੀ ਸ਼ੰਕਰ ਪ੍ਰਸਾਦ ਆਈਟੀ ਮਿਨਿਸਟਰ ਨੇ ਇਹਨਾਂ ਦੁਆਰਾ ਇੰਟਰਨੈਸ਼ਨਲ ਵਰਜ਼ਨ ਅਨਾਉਂਸ ਕੀਤਾ ਗਿਆ ਉਮੰਗ ਦਾ ਉਮੰਗ ਐਪਲੀਕੇਸ਼ਨ ਦਾ ਇੰਟਰਨੈਸ਼ਨਲ ਵਰਜਨ ਲਾਂਚ ਕੀਤਾ ਗਿਆ ਹੈ ਉਮੰਗ ਦੀ ਫੁੱਲ ਫਾਰਮ ਇੰਪੋਰਟੈਂਟ ਬਣੇਗੀ ਯੂਨੀਫਾਈਡ ਮੋਬਾਈਲ ਐਪਲੀਕੇਸ਼ਨ ਫॉर ਨਿਊ 에ਜ ਗਵਰਨਰਸ ਯੂਨੀਫਾਈਡ ਮੋਬਾਈਲ ਐਪਲੀਕੇਸ਼ਨ ਫॉर ਨਿਊ 에ਜ ਗਵਰਨਰਸ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰਦੇ ਹਾਂ ਐਕਸਟਰਨਲ ਅਫੇਅਰਸ ਮਿਨਿਸਟਰੀ ਦੀ ਤਾਂ ਐਕਸਟਰਨਲ ਅਫੇਅਰਸ ਮਿਨਿਸਟਰੀ ਦੇ ਨਾਲ ਮਿਲ ਕੇ ਇਸ ਨੂੰ ਲਾਂਚ ਕੀਤਾ ਗਿਆ ਹੈ ਔਰ ਕਿਹੜੀ ਕਿਹੜੀ ਕੰਟਰੀਜ਼ ਦੇ ਵਿੱਚ ਯੂ ਐਸ ਏ ਹੋ ਗਿਆ ਯੂ ਕੇ ਹੋ ਗਿਆ ਕੈਨੇਡਾ ਆਸਟ੍ਰੇਲੀਆ UAE, ਨੀਦਰਲੈਂਡ, ਸਿੰਗਾਪੁਰ ਔਰ ਨਿਊਜ਼ੀਲੈਂਡ ਦੇ ਵਿੱਚ ਇਸ ਨੂੰ ਜਿਹੜੀ ਇਹ ਐਪਲੀਕੇਸ਼ਨ ਹੈਕਰ ਇੰਡੀਆ ਦੀ ਗੱਲ ਕਰਦੇ ਆ ਤਾਂ ਇੰਡੀਆ ਦੇ ਵਿੱਚ ਨਵੰਬਰ 2017 ਦੇ ਵਿੱਚ ਰਿਲੀਜ਼ ਕੀਤੀ ਗਈ ਸੀ ਇਸ ਨੂੰ 3 ਸਾਲ ਪੂਰੇ ਹੋਏ ਨੇ ਔਰ ਇਸੇ ਉਪਲਕਸ਼ ਦੇ ਉੱਤੇ ਇਸ ਨੂੰ ਇੰਟਰਨੈਸ਼ਨਲ ਵਰਜ਼ਨ ਲਾਂਚ ਕੀਤਾ ਗਿਆ ਠੀਕ ਹੈ ਜੀ ਕਿੰਨੀ ਲੈਂਗੁਏਜਿਸ ਦੇ ਵਿੱਚ ਪਾਈ ਜਾਂਦੀ ਹੈ ਤਾਂ 13 ਲੈਂਗੁਏਜਿਸ ਦੇ ਵਿੱਚ ਇਹ ਪਾਈ ਜਾਂਦੀ ਹੈ ਨੈਕਸਟ ਯੂਐਸਏ ਦੀ ਸਪੇਸ ਏਜੰਸੀ NASA ਹੈ ਔਰ ਯੂਰਪ ਦੀ ਸਪੇਸ ਏਜੰਸੀ ਯੂਰੋਪੀਅਨ ਸਪੇਸ ਏਜੰਸੀ ਇਨਾ ਦੁਆਰਾ ਮਿਲ ਕੇ ਇੱਕ ਸੈਟੇਲਾਈਟ ਬਣਾਈ ਗਈ ਜਿਸ ਨੂੰ ਲਾਂਚ ਕੀਤਾ ਗਿਆ ਸਪੇਸਐਕਸ ਦੇ ਫਾਲਕਨ 9 ਰਾਕਟ ਦੁਆਰਾ ਸਪੇਸਐਕਸ ਦੇ ਫਾਲਕਨ 9 ਰਾਕਟ ਦੁਆਰਾ ਲਾਂਚ ਕੀਤਾ ਗਿਆ ਬੇਸਿਕਲੀ ਇਹ ਕੀ ਕਰੇਗੀ ਕਿ ਮੋਨਿਟਰਿੰਗ ਸੈਟੇਲਾਈਟ ਹੈ ਸੀ ਲੈਵਲ ਦੇ ਰਾਈジング ਨੂੰ ਮੋਨੀਟਰ ਕਰੇਗੀ ਨੈਕਸਟ ਯੂਐਸਏ ਦੁਆਰਾ ਓਪਨ ਸਕਾਈਜ਼ ਟ੍ਰੀਟੀ ਤੋਂ ਵਿਡਰਾਅ ਕੀਤਾ ਗਿਆ ਆਪਣੇ ਆਪ ਨੂੰ ਬਾਹਰ ਕੀਤਾ ਗਿਆ ਬੇਸਿਕਲੀ ਓਪਨ ਸਕਾਈ ਸਟ੍ਰੈਟੀਜੀ ਅਗਰ ਆਪਾਂ ਗੱਲ ਕਰਦੇ ਹਾਂ ਤਾਂ 35 ਸਿਟੀਜ਼ 35 ਕੰਟਰੀਜ਼ ਹੈ ਜਿਹਦੇ ਵਿੱਚ ਹੁਣ 34 ਮੈਂਬਰ ਕੰਟਰੀਜ਼ ਨੇ ਇੰਡੀਆ ਐਂਡ ਮੜਗਾਸਕਰ ਦੀ ਗੱਲ ਕਰਦੇ ਹਾਂ ਤਾਂ ਮੜਗਾਸਕਰ ਦੇ ਨਾਲ ਬਾਈਲੈਟਰਲ ਐਗਰੀਮੈਂਟ ਸਾਈਨ ਕੀਤੇ ਗਏ ਬਾਈਲੈਟਰਲ ਐਗਰੀਮੈਂਟ ਸਾਈਨ ਕੀਤੇ ਗਏ ਅਗਰ ਆਪਾਂ ਗੱਲ ਕਰਦੇ ਹਾਂ ਮੜਗਾਸਕਰ ਜਿਸ ਦੇ ਵਿੱਚ ਇੱਕ ਇੰਪੋਰਟੈਂਟ ਐਗਰੀਮੈਂਟ ਬਣੇਗਾ ਬਾਬਾ ਟ੍ਰੋਨ ਬਾਬਾ ਟ੍ਰੋਨ ਇੱਕ ਰੇਡੀਓ ਥੈਰੇਪੀ ਮਸ਼ੀਨ ਹੈ ਇੱਕ ਰੇਡੀਓ ਥੈਰੇਪੀ ਮਸ਼ੀਨ ਹੈ ਜਿਸ ਨੂੰ ਇੰਡੀਆ ਪ੍ਰੋਵਾਈਡ ਕਰ ਰਿਹਾ ਹੈ ਮੜਗਾਸਕਰ ਦੀ ਕੈਪੀਟਲ एंटाना रीवो के एंटाना रीवो के इस तुला तो अगर आप गल करते हैं इसकी करंसी की एरी एरी, एरी 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 इस तो एरीएरी एरीएरी इतने करंसी चलती इसके अलावा इंडियन एम्बेसडर का नाम इंपोर्टेंट बनेगा अभय कुमार अभय कुमार ग्यालुम सांगे कोडन वैंगचुक नाम इंपोर्टेंट बनेगा ग्यालुम सांगे कोडन वैंगचुक थोड़ा ट्रेकी नेम है पर इंपोर्टेंट बनेगा क्योंकि ये भूटान के क्वीन मदर ने और इन्होंने अवॉर्ड दिता गया यूएन पापूलेषन अवॉर्ड UN ਪਪੂਲੇਸ਼ਨ ਅਵਾਰਡ ਦਿੱਤਾ ਗਿਆ ਹੈ ਗਿਆਨਮ ਸੰਗੇ ਕੋਰਡਨ ਵੈਂਚੂਪ ਨੂੰ ਠੀਕ ਹੈ ਇਸ ਅਵਾਰਡ ਨੂੰ 1981 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਇਹ ਯਾਦ ਰੱਖਣਾ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰਦੇ ਆਂ ਇੰਡੀਆ ਦੀ ਤਾਂ ਇੰਡੀਆ ਦੇ ਵਿੱਚੋਂ ਯਾਦ ਰੱਖਣਾ ਇੱਕ ਇੰਦਰਾ ਗਾਂਧੀ ਨੂੰ ਦਿੱਤਾ ਜਾ ਚੁੱਕਿਆ ਹੈ ਇਹ ਅਵਾਰਡ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਔਰ ਇਸ ਤੋਂ ਇਲਾਵਾ ਰਤਨਜੀ ਟਾਟਾ ਨੂੰ ਵੀ ਇਸ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਨੈਕਸਟ ਇੰਡੀਅਨ ਫੋਰਨ ਸੈਕਟਰੀ ਹਰਸ਼ ਵਰਧਨ ਸ਼ਰਿੰਗਲਾ ਦੋ ਦਿਨ ਦੀ ਵਿਜ਼ਿਟ ਤੇ ਨੇਪਾਲ ਦੀ ਕਰਨਾਟਕਾ ਦੀ ਗੱਲ ਕਰਦੇ ਹਾਂ ਕਰਨਾਟਕਾ ਗਵਰਨਰ ਵਾਜੂਬਾਈ ਬਾਲਾ ਦੁਆਰਾ ਇਸਰੋ ਦੇ ਚੇਅਰਮੈਨ ਇੰਡੀਅਨ ਸਪੇਸ ਰਿਸਰਚ ਏਜੰਸੀ ਕੇ ਸਿਵਾਨ ਨੇ ਜਿਹੜੇ ਚੇਅਰਮੈਨ ਨੇ ਇਸਰੋ ਦੇ ਇਹਨਾਂ ਨੂੰ ਡਾਕਟੋਰੇਟ ਡਿਗਰੀ ਪ੍ਰੋਵਾਈਡ ਕੀਤੀ ਗਈ। ਰਾਜਸਥਾਨ ਚੀਫ ਮਿਨਿਸਟਰ ਅਸ਼ੋਕ ਗਹਿਲੋੜ ਦੁਆਰਾ ਪਧਾਰੋ ਮਾਰੇ ਦੇਸ਼ ਪਧਾਰੋ ਮਾਰੇ ਦੇਸ਼ ਇੱਕ ਕਾਂਸਰਟ ਸੀਰੀਜ਼ ਲਾਂਚ ਕੀਤੀ ਗਈ ਹੈ ਆਰਟਿਸਟ ਨੂੰ ਫੋਕ ਆਰਟਿਸਟ ਨੂੰ ਸਪੋਰਟ ਕਰਨ ਦੇ। ਇੰਡੀਆ ਦੀ ਲੌਂਗੇਸਟ ਵਾਟਰ ਟਨਲ ਇੰਡੀਆ ਦੀ ਲੌਂਗੇਸਟ ਵਾਟਰ ਟਨਲ ਰਾਜਸਥਾਨ ਦੇ ਵਿੱਚ ਬਣਾਈ ਜਾ ਰਹੀ ਹੈ ਅਗਰ ਇੰਡੀਆ ਦੀ ਲੌਂਗੇਸਟ ਟਨਲ ਦੀ ਗੱਲ ਕਰਦੇ ਤਾਂ ਜੋਜੀਲਾ ਟਨਲ ਹੈ ਜੋ ਕਿ ਜੰਮੂ ਐਂਡ ਕਸ਼ਮੀਰ ਦੇ ਵਿੱਚ ਹੈ ਠੀਕ ਹੈ ਵਾਟਰ ਟਨਲ ਪਰਮਾਨ ਟਨਲ ਹੈ ਜਿਹੜੀ ਬਣ ਕੇ ਤਿਆਰ ਹੋ ਜੇਗੀ ਜਨਵਰੀ 2021 ਤੱਕ 8.75 ਕਿਲੋਮੀਟਰ ਲੰਬੀ ਹੈ ਡਿਸਟੈਂਸ ਯਾ ਰੱਖਣੇ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਨੇ ਠੀਕ ਹੈ ਰੀਸੈਂਟਲੀ ਅਗਰ ਅਟਲ ਟਨਲ ਦੀ ਗੱਲ ਕਰਦੇ ਹਾਂ ਜਿਸ ਨੂੰ ਪਹਿਲੇ ਰੋਹਤਾੰਗ ਟਨਲ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਉਸ ਦਾ ਡਿਸਟੈਂਸ ਪੁੱਛਿਆ ਗਿਆ ਸੀ ਕਿ 9 ਕਿਲੋਮੀਟਰ ਦਾ ਡਿਸਟੈਂਸ ਹੈ 9.0 4 ਆਈ ਥਿੰਕ ਠੀਕ ਹੈ ਯਾਦ ਰੱਖਣਾ ਨੈਕਸਟ ਹੈ ਇੰਡੀਅਨ ਮੀਟੀਰੀਓਲੋਜੀਕਲ ਡਿਪਾਰਟਮੈਂਟ ਆਈ ਐਮ ਡੀ ਦੁਆਰਾ ਸਾਈਕਲਨ ਦੀ ਵਾਰਨਿੰਗ ਦਿੱਤੀ ਗਈ ਹੈ ਨਿਵਾਰ ਨਿਵਾਰ ਸਾਈਕਲਨ ਦੀ ਵਾਰਨਿੰਗ ਦਿੱਤੀ ਗਈ ਹੈ ਤਾਮਿਲਨਾਡੂ ਦੇ ਵਿੱਚ ਕਿ ਤਾਮਿਲਨਾਡੂ ਔਰ ਇਸ ਤੋਂ ਇਲਾਵਾ ਪੌਂਡੀਚਰੀ ਦੇ ਕੁਝ ਅਗਰ ਅਪਾ ਗੱਲ ਕਰਦੇ ਹਾਂ ਪੌਂਡੀਚਰੀ ਔਰ ਤਾਮਿਲਨਾਡੂ ਦੇ ਕੁਝ ਡਿਸਟ੍ਰਿਕਟਸ ਦੇ ਵਿੱਚ ਵਾਰਨਿੰਗ ਜਾਰੀ ਕੀਤੀ ਗਈ ਹੈ ਠੀਕ ਹੈ ਤਾਂ ਕੁਐਸਚਨ ਪੁੱਛਿਆ ਜਾਏਗਾ ਕਿ ਨਿਵਾਰ ਸਾਈਕਲੋਨ ਕਿਹੜੀ ਕੰਟਰੀ ਦੇ ਵਿੱਚ ਆਇਆ ਸੀ ਪਹਿਲਾ ਕੁਐਸਚਨ ਦੂਸਰਾ ਕੁਐਸਚਨ ਕਿ ਨਿਵਾਰ ਸਾਈਕਲੋਨ ਦਾ ਜਿਹੜਾ ਨਾਮ ਹੈ ਇਹ ਕਿਹੜੀ ਕੰਟਰੀ ਨੇ ਰੱਖਿਆ ਸੀ ਇਸ ਦੇ ਰਿਲੇਟਡ ਕੁਐਸਚਨ ਡਿਸਕਸ ਕਰਾਂਗੇ ਹੋਰ ਵੀ ਕਾਫੀ ਇੰਪੋਰਟੈਂਟ ਫੈਕਟਸ ਨੇ ਔਰ ਡਿਸਕਸ ਕਰਾਂਗੇ ਸਭ ਤੋਂ ਪਹਿਲੇ ਇੰਡੀਅਨ ਮੀਟੀਰੋਲੋਜੀਕਲ ਡਿਪਾਰਟਮੈਂਟ ਦੀ ਗੱਲ ਕਰਦੇ ਹਾਂ ਤਾਂ 1875 ਦੇ ਵਿੱਚ ਬਣਾਇਆ ਗਿਆ ਸੀ ਨਿਊ ਦਿੱਲੀ ਦੇ ਵਿੱਚ ਹੈੱਡਕੁਆਟਰ ਠੀਕ ਹੈ ਜੀ ਆਂਧਰਾ ਪ੍ਰਦੇਸ਼ ਆਂਧਰਾ ਪ੍ਰਦੇਸ਼ ਗਵਰਨਮੈਂਟ ਦੁਆਰਾ अभियम अभियम एप्लीकेशन लॉन्च ਕੀਤੀ ਗਈ ਹੈ ਬੇਸਿਕਲੀ ਸੈਂਟਰਲ ਗਵਰਨਮੈਂਟ ਦੀ ਇੱਕ ਇਨੀਸ਼ੀਏਟਿਵ ਹੈ ਅਭੇ ਅਭੇ ਇਨੀਸ਼ੀਏਟਿਵ ਦੇ ਅੰਡਰ ਅਭियम एप्लीकेशन ਲਾਂਚ ਕੀਤੀ ਗਈ ਹੈ ਆਂਧਰਾ ਪ੍ਰਦੇਸ਼ ਗਵਰਨਮੈਂਟ ਦੁਆਰਾ ਊਮਨ ਪੈਸੇਂਜਰਸ ਦੀ ਸੇਫਟੀ ਦੇ ਲਈ ਦਿਸ਼ਾ ਐਪਲੀਕੇਸ਼ਨ ਵੀ ਆਂਧਰਾ ਪ੍ਰਦੇਸ਼ ਦੀ ਹੈ ਊਮਨ ਸੇਫਟੀ ਦੇ ਲਈ ਹੀ ਯਾਦ ਰੱਖਣੀ ਹੈ ਹਿਮਾਚਲ ਪ੍ਰਦੇਸ਼ ਦੀ ਗੱਲ ਕਰਦੇ ਹਾਂ ਤਾਂ ਏਡੀਬ ਦੇ ਨਾਲ ਐਗਰੀਮੈਂਟ ਸਾਈਨ ਕੀਤਾ ਹੈ 15 ਕਰੋੜ ਰੁਪਏ ਦਾ 15 ਕਰੋੜ ਰੁਪਏ ਦਾ ਐਗਰੀਮੈਂਟ ਸਾਈਨ ਕੀਤਾ ਗਿਆ ਹੈ ਕਿ ਜਿਸ ਦੇ ਵਿੱਚ ਬੇਸਿਕਲੀ ਸੋਰੀ 15 ਕਰੋੜ ਨਹੀਂ ਕਹਾਂਗੇ ਕਿ 9 ਕਰੋੜ ਰੁਪਈਆ ਦਾ ਐਗਰੀਮੈਂਟ ਕਹਾਂਗੇ ਕਿਉਂ ਕਿ ਟੋਟਲ ਜਿਹੜਾ ਪ੍ਰੋਜੈਕਟ ਹੈ ਉਹ 15 ਕਰੋੜ ਦਾ ਹੈ ਮੰਡੀ ਡਿਸਟ੍ਰਿਕਟ ਦੀ ਡਵੈਲਪਮੈਂਟ ਦੇ ਲਈ ਟੋਟਲ ਪ੍ਰੋਜੈਕਟ 15 ਕਰੋੜ ਦਾ ਹੈ ਪਰ ਇਸ ਦੇ ਵਿੱਚੋਂ 9 ਕਰੋੜ ਏਡੀਬ ਦੇਗਾ ਔਰ ਬਾਕੀ ਦਾ 6 ਕਰੋੜ ਹਿਮਾਚਲ ਪ੍ਰਦੇਸ਼ ਗਵਰਨਮੈਂਟ ਦੇਗੀ ਕੁੰਭ ਮੇਲਾ ਅਨਾਉਂਸ ਕੀਤਾ ਗਿਆ ਹਰੀਦਵਾਰ ਦੇ ਵਿੱਚ ਕੰਡਕਟ ਕੀਤਾ ਜਾਏਗਾ 2021 ਦੇ ਵਿੱਚ ਹਰੀਦਵਾਰ ਉੱਤਰਾਖੰਡ ਦੇ ਵਿੱਚ ਕੁੰਭ ਮੇਲਾ ਆਰਗੇਨਾਈਜ਼ ਕੀਤਾ ਜਾਏਗਾ ਫਰਸਟ ਕਾਉ ਹਸਪੀਟਲ ਪਹਿਲਾ ਕਾਉ ਹਸਪੀਟਲ ਸੁਰਭੀ ਆਰੋਗ્યਸ਼ਾਲਾ ਸੁਰਭੀ ਆਰੋਗ્યਸ਼ਾਲਾ ਸੈਟਅਪ ਕੀਤਾ ਗਿਆ ਸ਼੍ਰੀ ਗੋਪਾਲ ਗਊਸ਼ਾਲਾ ਦੁਆਰਾ 17 ਲੱਖ ਦੀ ਕਾਸਟ ਦੇ ਨਾਲ ਡਿਬਰੂਗੜ ਅਸਮ ਦੇ ਵਿੱਚ ਡਿਬਰੂਗੜ ਅਸਮ ਦੇ ਵਿੱਚ ਚੀਫ ਮਿਨਿਸਟਰ ਦੀ ਗੱਲ ਕਰਦੇ ਹਾਂ ਅਸਮ ਦੇ ਅਸਮ ਦੇ ਚੀਫ ਮਿਨਿਸਟਰ ਪੁਰਾਣੇ ਚੀਫ ਮਿਨਿਸਟਰ ਤਰुण ਗੰਗੋਈ ਜਿਨ੍ਹਾਂ ਨੇ ਜਿਹੜੇ ਕਿ ਲੋਂਗੇਸਟ ਸਰਵਿੰਗ ਚੀਫ ਮਿਨਿਸਟਰ ਸਿਗੇ ਅਸਮ ਦੇ 2001 ਤੋਂ ਲੈ ਕੇ ਤਕਰੀਬਨ 2015 ਤੱਕ ਇਹਨਾਂ ਨੇ 10 ਸਾਲ ਸਿਗਾ ਨਾ ਅਜ਼ ਅ ਚੀਫ ਮਿਨਿਸਟਰ ਰਹੇ ਸੀ ਯਾਨੀ ਕਿ ਬੈਕ ਟੂ ਬੈਕ ਤਿੰਨ ਵਾਰ ਸਟੀਫ ਮਿਨਿਸਟਰ ਰਹੇ ਸੀ ਇਹ ਤਰुण ਗੰਗੋਈ ਇਹਨਾਂ ਦੀ ਰੀਸੈਂਟਲੀ ਡੈਥ ਹੋ ਗਈ ਨੈਕਸਟ ਹੈ ਇੰਡੀਆ ਇੰਟਰਨੈਸ਼ਨਲ ਚੈਰੀ ਬਲੂਮ ਫੈਸਟੀਵਲ ਹੈ ਜਿਹੜਾ ਹਰ ਸਾਲ ਸ਼ਿਲੋਂਗ ਮੇਘਾਲਿਆ ਦੇ ਵਿੱਚ ਆਬਜ਼ਰਵ ਕੀਤਾ ਜਾਂਦਾ ਹੈ ਇਹ ਆਈ ਥਿੰਕ ਇਜ਼ ਦਾ 5th ਐਡੀਸ਼ਨ ਸਿਗਾ ਇਹ ਯਾਦ ਰੱਖਣਾ ਇੰਪੋਰਟੈਂਟ ਰਹੇਗਾ ਕਿ ਇਜ਼ ਦਾ 5th ਐਡੀਸ਼ਨ ਹੋਣਾ ਸੀ 4th ਐਡੀਸ਼ਨ ਪਿਛਲੇ ਸਾਲ ਆਰਗੇਨਾਈਜ਼ ਕੀਤਾ ਗਿਆ ਸੀ ਮੇਘਾਲਿਆ ਸ਼ਿਲੋਂਗ ਦੇ ਵਿੱਚ ਇਸ ਸਾਲ 5th ਐਡੀਸ਼ਨ ਹੋਣਾ ਸੀ ਕੈਨਸਲ ਕੀਤਾ ਗਿਆ ਡੂ ਟੂ ਕੋਵਿਡ-19 ਇਸ ਤੋਂ ਇਲਾਵਾ ਇਹ ਮਿਚਿਗਮ ਦਾ ਨੈਸ਼ਨਲ ਫੈਸਟੀਵਲ ਵੀ ਹੈ ਮਿਚਿਗਮ ਯੂਐਸਏ ਦੀ ਇੱਕ ਸਟੇਟ ਹੈ ਯਾਦ ਰੱਖਣੀ ਠੀਕ ਹੈ ਜੀ ਨੈਕਸਟ ਚੱਲਦੇ ਹਾਂ ਸਟੈਟਿਕ ਪੋਰਸ਼ਨ ਦੇ ਵਿੱਚ ਵਾਇਲਰ ਸੈਂਚਰੀ ਡਿਸਕਸ ਕਰ ਰਹੇ ਹਾਂ ਤਾਂ ਕਰਨਾਟਕਾ ਕਰਨਾਟਕਾ ਦੇ ਵਿੱਚ ਦਾਦਰਾ ਧੰਦੇਲੀ ਬੀਮਗੜ ਚਿੰਚੌਲੀ ਔਰ ਥਿਮਲਾਪੜਾ ਵਾਇਲਰ ਸੈਂਚਰੀਜ਼ ਨੇ ਕੇਰਲਾ ਦੀ ਗੱਲ ਕਰਦੇ ਹਾਂ ਇਦੂਕੀ ਇਦੂਕੀ ਇੰਪੋਰਟੈਂਟ ਬਣੇਗੀ ਨਿਆਰ ਵੀ ਇੰਪੋਰਟੈਂਟ ਬਣੇਗੀ इदूकी वाइल्डलाइफ सेंचुरी नयार वाइल्डलाइफ सेंचुरी व्यानद वाइल्ड लाइफ सेंचुरी चिनार वाइल्डलाइफ सेंचुरी और मालाबार वाइल्ड लाइफ सेंचुरी केरला महाराष्ट्र कोन्या, तनसा मलवान ध्यान गंगा नागजीरा और नवेगांव नवेगांव नमें वाइल्डलाइफ सेंचुरी पूछी गई थी कोन्या, तनसा मलवान ध्यान गंगा और नवेगांव वाइल्डलाइफ सेंचुरी तो अलावा एमपी एम पी के काफ़ी ज़्यादा वाइल्डलाइफ सेंचुरीज ने ओरचा हो गया पेन बोरी गांधी सागर नौरादेही करेरा सरदापुर सोन और घड़ियाल सोन और घड़ियाल काफ़ी इंपोर्टेंट रहेगी एम पी याद रखनी ठीक है जी रिविजन करते चलिया करो इंपोर्टेंट रहेंगे नैक्सट चलते हैं अज्द फस्ट क्वेश्चन के वल फस्ट क्वेश्चन डिस्कस करा संविधान दिवस जै कल कहा कि काफ़ी इंपोर्टेंट दिन है ट्वेंटी सिक्सथ of ਨਵੰਬਰ ਨੂੰ 26 ਨਵੰਬਰ ਹੈ ਤਾਂ ਆਪਾਂ ਡਿਸਕਸ ਕਰ ਰਹੇ ਹਾਂ ਸੰਵਿਧਾਨ ਦਿਵਸ ਸੰਵਿਧਾਨ ਦਿਵਸ ਕਿਸ ਦਿਨ ਆਬਜ਼ਰਵ ਕੀਤਾ ਗਿਆ ਸੰਵਿਧਾਨ ਦਿਵਸ ਦੇ ਨਾਮ ਨਾਲ ਜਾਂਦੇ ਆ ਇਸ ਤੋਂ ਇਲਾਵਾ ਇਸ ਨੂੰ ਆਪਾਂ ਕਨਸਟੀਟਿਊਸ਼ਨ ਡੇ ਕਹਿ ਲੈਣੇ ਆ ਜਾਂ ਨੈਸ਼ਨਲ ਲਾ ਡੇ ਵੀ ਕਹਿ ਲੈਣੇ ਆ ਠੀਕ ਹੈ ਇਹ ਕਿਉਂ 26 ਨਵੰਬਰ ਨੂੰ ਆਬਜ਼ਰਵ ਕੀਤਾ ਜਾਂਦਾ ਹੈ 26 ਨਵੰਬਰ ਨੂੰ ਕਿਉਂ ਆਬਜ਼ਰਵ ਕੀਤਾ ਜਾਂਦਾ ਹੈ ਕਿਉਂਕਿ 26th ਆਫ ਨਵੰਬਰ 1949 ਦੀ ਗੱਲ ਕਰਦੇ ਆ ਇੰਡੀਆ ਨੇ ਆਪਣਾ ਕਨਸਟੀਟਿਊਸ਼ਨ ਬਣਾ ਕੇ ਤਿਆਰ ਕੀਤਾ ਸੀ ਔਰ ਅਡਾਪਟ ਕੀਤਾ ਸੀ ਠੀਕ ਹੈ ਜੀ ਅਡਾਪਟ ਕੀਤਾ ਗਿਆ ਸੀ 1949 ਨੂੰ 26 ਨਵੰਬਰ 1949 ਨੂੰ ਬੇਸਿਕਲੀ ਆਈ ਥਿੰਕ 211 ਲੋਕਾਂ ਦੁਆਰਾ 211 ਐਮਪੀਜ਼ ਦੁਆਰਾ ਸਾਈਨ ਕੀਤੇ ਗਏ ਸੀ ਕਨਸਟੀਟਿਊਸ਼ਨ ਅਸੈਂਬਲੀ ਦੇ ਵਿੱਚ ਔਰ ਕਨਸਟੀਟਿਊਸ਼ਨ ਨੂੰ ਅਡਾਪਟ ਕੀਤਾ ਗਿਆ ਸੀ ਠੀਕ ਹੈ ਇਸ ਨੂੰ 2 ਮਹੀਨੇ ਦੇ ਲਈ ਵੇਟ ਕੀਤਾ ਗਿਆ ਔਰ ਉਸ ਤੋਂ ਬਾਅਦ 26 ਜਨਵਰੀ ਦੀ ਗੱਲ ਕਰਦੇ ਆ ਤਾਂ 1950 ਦੇ ਵਿੱਚ 26 ਜਨਵਰੀ 1950 ਦੇ ਵਿੱਚ ਇਸ ਨੂੰ ਇਫੈਕਟ ਦੇ ਵਿੱਚ ਲਿਆਇਆ ਗਿਆ ਇਫੈਕਟ ਕਦੋਂ ਹੋਇਆ ਸੀ 26 ਜਨਵਰੀ 1950 ਨੂੰ ਔਰ 26 ਨਵੰਬਰ 1949 ਨੂੰ ਅਡਾਪਟ ਕੀਤਾ ਗਿਆ ਸੀ ਇੰਡੀਆ ਦਾ ਕਨਸਟੀਟਿਊਸ਼ਨ ਇਸ ਕਰਕੇ ਇੰਪੋਰਟੈਂਟ ਦਿਨ ਬਣਦਾ ਹੈ 26 ਨਵੰਬਰ ਦਾ ਠੀਕ ਹੈ ਜੀ ਯਾਦ ਰੱਖਣਾ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰਦੇ ਆ 26 11 ਵੀ ਫੇਮਸ ਹੈ 26 11 2008 ਦੀ ਅਗਰ ਆਪਾਂ ਗੱਲ ਕਰਦੇ ਆ ਤਾਂ ਮੁੰਬਈ ਟੈਰਰ ਅਟੈਕਸ ਹੋਏ ਸੀਗੇ ਯਾ ਰੱਖਨੇ ਇਸ ਦੇ ਇਲਾਵਾ ਇੰਪੋਰਟੈਂਟ ਕੁਝ ਡੇਸ ਡਿਸਕਸ ਕਰਦੇ ਆ ਮਾਰਟਿਡਮ ਡੇ ਆਫ ਗੁਰੂ ਤੇਗ ਬਹਾਦਰ ਜੀ ਗੁਰੂ ਤੇਗ ਬਹਾਦਰ ਜੀ ਦਾ ਮਾਰਟਿਡਮ ਡੇ ਸ਼ਹੀਦੀ ਦਿਵਸ ਮਨਾਇਆ ਗਿਆ ਨੌਵੇਂ ਸਿੱਖ ਗੁਰੂ ਨੇ ਗੁਰੂ ਤੇਗ ਬਹਾਦਰ ਜੀ 24 ਨਵੰਬਰ ਨੂੰ 24 ਨਵੰਬਰ ਨੂੰ ਐਜ਼ ਅ ਸ਼ਹੀਦੀ ਦਿਵਸ ਆਬਜ਼ਰਵ ਕੀਤਾ ਗਿਆ ਗੁਰੂ ਤੇਗ ਬਹਾਦਰ ਜੀ ਦਾ ਗੁਰ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਸੀ ਇਹ ਯਾਦ ਰੱਖਣਾ ਬਾਕੀ 26 ਨਵੰਬਰ ਬਾਰੇ ਆਪਾਂ ਡਿਸਕਸ ਕਰ ਲਿਆ ਕਿ ਇਸ ਨੂੰ ਸੰਵਿਧਾਨ ਦੇ ਕਨਸਟੀਟਿਊਸ਼ਨ ਡੇ ਜਾਂ ਫਿਰ ਨੈਸ਼ਨਲ ਲਾਅ ਡੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਠੀਕ ਹੈ ਇਸ ਨੂੰ ਕਨਸਟੀਟਿਊਸ਼ਨ ਅਸੈਂਬਲੀ ਦੁਆਰਾ 1949 ਦੇ ਵਿੱਚ ਇਸ ਨੂੰ ਕਨਸਟੀਟਿਊਸ਼ਨ ਨੂੰ ਅਡਾਪਟ ਕੀਤਾ ਗਿਆ ਸੀ ਇਸ ਦੇ ਇਲਾਵਾ ਫਾਰਮੇਸੀ ਦੇ ਦੀ ਗੱਲ ਕਰਦੇ ਹਾਂ ਤਾਂ 59th ਨੈਸ਼ਨਲ ਫਾਰਮੇਸੀ ਵੀਕ ਅਬਜ਼ਰਵ ਕੀਤਾ ਗਿਆ 16 ਤੋਂ ਲੈ ਕੇ 22 ਨਵੰਬਰ ਤੱਕ 16 ਤੋਂ ਲੈ ਕੇ 22 ਨਵੰਬਰ ਤੱਕ ਨੈਸ਼ਨਲ ਫਾਰਮੇਸੀ ਵੀਕ ਵੀ ਅਬਜ਼ਰਵ ਕੀਤਾ ਗਿਆ ਜਿਸ ਦੀ ਥੀਮ ਰਹੀ लाइन फ्रंटलाइन प्रोफेशनल्स फार्मासिस्ट फ्रंट फ्रंटलाइन हेल्थ प्रोफेशनल्स। मेरी कोशिश रहती है कि कोई भी न्यूज स्किप ना हो अगर बाय चांस कोई न्यूज स्किप हो जाती है तो तुम चाहो तो कमेंट बॉक्स के दस सद आप सैशन डिस्कस कर लें कराए ठीक है जी नैक्सट चलते हैं न्यू ग्लोबल इंडैक्स न्यू ग्लोबल इंडैक्स फॉर द पोस्ट कोरोना इज लॉन्च बाय विच ऑर्गेनाइजेशन ਨਿਊ ਗਲੋਬਲ ਇੰਡੈਕਸ ਫਾਰ ਪੋਸਟ ਕੋਰੋਨਾ ਕਿਸ ਆਰਗੇਨਾਈਜੇਸ਼ਨ ਦੁਆਰਾ ਲਾਂਚ ਕੀਤਾ ਗਿਆ ਕੁਐਸਚਨ ਇੰਪੋਰਟੈਂਟ ਬਨੇਗਾ ਕਿ ਇਸ ਦਾ ਲਾਂਚ ਕੀਤਾ ਗਿਆ ਜੀ20 ਦੁਆਰਾ ਸਿਰਫ ਇੰਨਾ ਹੀ ਕੁਐਸਚਨ ਪੁੱਛਿਆ ਜਾਏਗਾ ਵਨ ਲਾਈਨਰ ਦੇ ਵਿੱਚ ਹੋਰ ਇਸ ਦੇ ਵਿੱਚ ਕੋਈ ਵੀ ਚੀਜ਼ ਇੰਪੋਰਟੈਂਟ ਨਹੀਂ ਬਨੇਗੀ ਬੇਸਿਕਲੀ ਜੀ20 ਕੰਟਰੀਜ਼ ਦੀ ਇਕਨੋਮੀ ਨੂੰ ਕਹ ਸਕਦੇ ਆ ਇਨਕਰੀਜ਼ ਕਰਨ ਦੇ ਲਈ ਜਾਂ ਕਿਸ ਤਰੀਕੇ ਨਾਲ ਪਲਾਨ ਬਣਾਇਆ ਜਾਏਗਾ ਪੋਸਟ ਕੋਰੋਨਾ ਕਿਉਂਕਿ ਕੋਵਿਡ 19 ਦੇ ਕੇਸਿਸ ਨੇ ਜਿਹੜੇ ਇਨਕਰੀਜ਼ ਹੁੰਦੇ ਜਾ ਰਹੇ ਨੇ ਦੁਬਾਰਾ ਇੱਕ ਟਾਈਮ ਦੇ ਵਿੱਚ ਰਿਡਿਊਸ ਹੋ ਗਏ ਸੀ ਲੇਕਿਨ ਦੁਬਾਰਾ ਇਹ ਕੇਸਿਸ ਇਨਕਰੀਸ ਹੋ ਰਹੇ ਨੇ ਔਰ WHO ਦੁਆਰਾ ਵੀ ਇੱਕ ਸਟੇਟਮੈਂਟ ਆਈ ਹੈ ਕਿ WHO ਨੇ ਕਿਹਾ ਕਿ 2020 ਦੀ ਤਰ੍ਹਾਂ ਹੀ 2021 ਦੇ ਵਿੱਚ ਵੀ ਕੋਵਿਡ-19 ਦੇ ਕੇਸਿਸ ਕਾਫੀ ਜ਼ਿਆਦਾ ਹੋਣਗੇ ਠੀਕ ਹੈ ਜੀ ਤਾਂ ਇਸ ਕਰਕੇ ਇਸ ਇੰਡੈਕਸ ਨੂੰ ਜਾਰੀ ਕੀਤਾ ਗਿਆ ਕਿੰਨਾ ਦੁਆਰਾ G20 ਦੁਆਰਾ ਇਹ ਯਾਦ ਰੱਖਣਾ ਇਸ ਤੋਂ ਇਲਾਵਾ G20 ਅੱਛਾ G20 ਰਿਲੇਟਡ ਹੀ ਯਾਦ ਰੱਖਣਾ G20 ਦੀ 2020 समिट सऊदी अरेबिया 2021 सऊदी अरेबिया होस्ट ਕਰ ਚੁੱਕਿਆ 2021 ਇਟਲੀ ਕਰੇਗਾ 2022 ਇੰਡੀਆ ਦੀ ਜਗ੍ਹਾ ਤੇ ਹੁਣ ਇੰਡੋਨੇਸ਼ੀਆ ਕਰੇਗਾ 2023 ਇੰਡੀਆ ਕਰੇਗਾ ਔਰ 2024 ਦੀ ਗੱਲ ਕਰਦੇ ਤਾਂ ਬ੍ਰਾਜ਼ੀਲ ਕਰੇਗਾ 2020 15th ਸਮਿਟ ਸੀਗਾ 16th ਇੰਡੋ 16th ਇਟਲੀ 17th ਇੰਡੋਨੇਸ਼ੀਆ ਔਰ 18th ਸੈਸ਼ਨ ਹੈ ਜਿਹੜਾ 18th ਐਡੀਸ਼ਨ ਹੈ ਜਿਹੜਾ ਇੰਡੀਆ ਹੋਸਟ ਕਰੇਗਾ ਠੀਕ ਹੈ ਜੀ ਇੱਥੇ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ ਇਸ ਤੋਂ ਇਲਾਵਾ ਏਪੈਕ ਦੀ ਗੱਲ ਕਰਦੇ ਆ ਏਪੈਕ ਬਾਰੇ ਰੀਸੈਂਟਲੀ ਆਪਾਂ ਡਿਸਕਸ ਕੀਤਾ ਸੀ ਏਪੈਕ ਏਪੈਕ ਦੀ ਜਿਹੜੀ ਮੀਟਿੰਗ ਸੀ ਏਪੈਕ ਦੀ ਮੀਟਿੰਗ ਕਿਹੜੀ ਕੰਟਰੀ ਦੁਆਰਾ ਹੋਸਟ ਕੀਤੀ ਗਈ ਇਹ ਪਤਾ ਹੋਣਾ ਚਾਹੀਦਾ ਹੈ ਦੂਸਰੀ ਚੀਜ਼ ਏਪੈਕ ਦੇ ਬਾਰੇ 2021 ਦੀ ਵੀ ਅਨਾਉਂਸ ਕੀਤੀ ਗਈ ਹੈ ਏਪੈਕ ਦੀ ਮੀਟਿੰਗ ਮਲੇਸ਼ੀਆ ਦੇ ਵਿੱਚ ਹੋਸਟ ਕੀਤੀ ਗਈ ਔਰ ਨੈਕਸਟ ਈਅਰ ਨਿਊਜ਼ੀਲੈਂਡ ਇਸ ਨੂੰ ਹੋਸਟ ਕਰੇਗਾ ਦੋਨੋਂ ਯਾਦ ਰੱਖਣੇ ਨੇ ਠੀਕ ਹੈ ਜੀ ਇਸ ਤੋਂ ਇਲਾਵਾ ਜੀ7 ਦੀ ਗੱਲ ਕਰਦੇ ਹਾਂ ਜੀ7 ਦਾ ਸਮਿਟ ਯੂਐਸਏ ਦੁਆਰਾ ਹੋਸਟ ਕੀਤਾ ਜਾਣਾ ਸੀ ਯੂਐਸਏ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਦੁਆਰਾ ਇਸ ਨੂੰ ਪੋਸਟਪੋਨ ਕੀਤਾ ਗਿਆ ਸੀ ਠੀਕ ਹੈ ਜੀ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਸੀ ਕਿ ਜੀ7 ਨੂੰ ਮੈਂ ਜੀ10 ਜਾਂ ਜੀ11 ਬਣਾ ਦੂੰਗਾ ਠੀਕ ਹੈ ਜਿਸ ਦੇ ਵਿੱਚ ਬੇਸਿਕਲੀ ਇੰਡੀਆ ਨੂੰ ਵੀ ਮੈਂਬਰ ਬਣਾਉਣ ਦੇ ਲਈ ਕਿਹਾ ਗਿਆ ਸੀ ਇੰਡੀਆ ਹੋ ਗਿਆ ਜਾਪਾਨ ਹੋ ਗਿਆ ਆਸਟ੍ਰੇਲੀਆ ਐਸੀ ਕੰਟਰੀਜ਼ ਨੂੰ ਮੈਂਬਰ ਬਣਾਉਣ ਦੇ ਲਈ ਕਿਹਾ ਗਿਆ ਸੀ ਬ੍ਰਿਕਸ ਦਾ ਰੀਸੈਂਟਲੀ ਸਮਿਟ ਆਰਗੇਨਾਈਜ਼ ਕੀਤਾ ਗਿਆ ਰਸ਼ੀਆ ਦੁਆਰਾ ਠੀਕ ਹੈ 12th ਨੰਬਰ ਦਾ ਸਮਿਟ ਸੀਗਾ ਔਰ 13th ਸਮਿਟ ਇੰਡੀਆ ਹੋਸਟ ਕਰੇਗਾ ਯਾ ਰੱਖਣਾ ਸਾਰਕ ਸਾਰਕ ਦੀ ਗੱਲ ਕਰਦੇ ਆ ਨੇਪਾਲ ਕਾਠਮਾਂਡੂ ਦੇ ਵਿੱਚ ਹੈਡਕੁਆਟਰ ਹੈ ਇਹ ਯਾ ਰੱਖਣਾ ਇਸ ਤੋਂ ਇਲਾਵਾ ਸਾਰਕ ਦੀ ਜਿਹੜੀ ਫੁੱਲ ਫਾਰਮ ਹੈ ਉਹ ਪੁੱਛੀ ਜਾਂਦੀ ਹੈ ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕਾਰਪੋਰੇਸ਼ਨ ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕਾਰਪੋਰੇਸ਼ਨ ਨੈਕਸਟ ਦ ਰੇਂਜ ਆਫ ਨਿਊ ਲੈਂਡ ਵਰਜ਼ਨ ਆਫ ਬ੍ਰਹਮੋਜ਼ ਮਿਸਾਈਲ ਬ੍ਰਹਮੋਜ਼ ਮਿਸਾਈਲ ਦੀ ਗੱਲ ਕਰਦੇ ਆ ਤਾਂ ਬ੍ਰਹਮੋਜ਼ ਮਿਸਾਈਲ ਦਾ ਨਮਾ ਲੈਂਡ ਵਰਜ਼ਨ ਟੈਸਟ ਕੀਤਾ ਗਿਆ ਉਸ ਦੀ ਸਟ੍ਰਾਈਕ ਰੇਂਜ ਕਿੰਨੀ ਹੈ ਬੇਸਿਕਲੀ ਅਗਰ ਡਾਇਰੈਕਟ ਪੁੱਛਿਆ ਜਾਂਦਾ ਹੈ ਕਿ ਬ੍ਰਹਮੋਸ ਮਿਸਾਈਲ ਦੀ ਸਟ੍ਰਾਈਕ ਰੇਂਜ ਕਿੰਨੀ ਹੈ ਤਾਂ 290 ਕਿਲੋਮੀਟਰ ਰਹੇਗੀ ਠੀਕ ਹੈ ਪਰ ਜਿਹੜਾ ਨਮਾ ਲੈਂਡ ਵਰਜ਼ਨ ਹੈ ਉਸ ਦੀ 400 ਕਿਲੋਮੀਟਰ ਹੈ ਅਪਾ ਪਹਿਲੇ ਡਿਸਕਸ ਕੀਤਾ ਹੋਇਆ ਕਿ 2000 2000 290 ਕਿਲੋਮੀਟਰ ਉਸ ਦੀ ਸਟ੍ਰਾਈਕ ਰੇਂਜ ਹੈ ਪਲਸ ਇਸ ਨੂੰ 450 ਕਰਨ ਦੀ ਕੋਸ਼ਿਸ਼ ਜਾਰੀ ਹੈ ਠੀਕ ਹੈ ਇਸ ਕੋਸ਼ਿਸ਼ ਦੇ ਵਿੱਚ ਹੀ ਜਿਹੜਾ ਸਟੈਪ ਹੈ ਉਹ ਆਇਆ ਕਿ ਲੈਂਡ ਵਰਜ਼ਨ ਦਾ 400 ਕਿਲੋਮੀਟਰ ਦਾ ਵਰਜ਼ਨ ਟੈਸਟ ਕੀਤਾ ਗਿਆ ਸਕਸੈਸਫੁਲੀ ਟੈਸਟਫਾਈਡ ਕੀਤਾ ਗਿਆ। ਇੱਕ ਕੁਸ਼ਨ ਪੁੱਛਿਆ ਜਾਏਗਾ ਕਿ ਟੈਸਟਫਾਈਡ ਕਿੱਥੇ ਕੀਤਾ ਗਿਆ? ਤਾਂ ਇਹ ਆਈਟੀਆਰ ਦੇ ਵਿੱਚ ਨਹੀਂ ਕੀਤਾ ਗਿਆ। ਇੱਥੇ ਧਿਆਨ ਰੱਖਣਾ ਇਸ ਨੂੰ ਟੈਸਟ ਕੀਤਾ ਗਿਆ ਅੰਡੇਮਾਨ ਨਿਕੋਬਾਰ ਆਈਲੈਂਡ ਦੇ ਵਿੱਚ। ਇਸ ਨੂੰ ਅੰਡੇਮਾਨ ਔਰ ਨਿਕੋਬਾਰ ਆਈਲੈਂਡ ਤੋਂ ਟੈਸਟ ਕੀਤਾ ਗਿਆ। ਯਾਦ ਰੱਖਣਾ। ਨੈਕਸਟ ਹੈ ਵਿਚ ਸੀਰੀਜ਼ ਵਿਚ ਸੀਰੀਜ਼ ਵੌਨ ਦਾ ਬੈਸਟ ਡਰਾਮਾ ਸੀਰੀਜ਼ ਅਵਾਰਡ ਐਟ ਦਾ 45th ਇੰਟਰਨੈਸ਼ਨਲ ਐਮੀ ਅਵਾਰਡਸ ਇੰਟਰਨੈਸ਼ਨਲ ਐਮੀ ਅਵਾਰਡਸ ਜਿਸ ਤਰੀਕੇ ਨਾਲ ਬੇਸਿਕਲੀ ਹਰ ਇੱਕ ਕੈਟਾਗਰੀ ਦੇ ਵਿੱਚ ਆਪਣੇ ਆਪਣੇ ਇੱਕ ਅਵਾਰਡਸ ਹੁੰਦੇ ਨੇ ਫੋਰ ਐਗਜ਼ਾਮਪਲ ਆਸਕਰ ਅਵਾਰਡਸ ਨੇ ਜਿਹੜੇ ਇਹ ਹਾਈਐਸਟ ਅਵਾਰਡ ਹੈ ਬੇਸਿਕਲੀ ਫਿਲਮਸ ਦੇ ਲਈ ਤਾਂ ਸਿਮਿਲਰਲੀ ਠੀਕ ਹੈ ਸਿੰਗਿੰਗ ਦੇ ਲਈ ਅਲੱਗ ਅਵਾਰਡਸ ਨੇ ਇਸ ਤੋਂ ਇਲਾਵਾ ਸਿੰਗਰ ਅਗਰ ਆਪਾਂ ਗੱਲ ਕਰਦੇ ਆ ਗ੍ਰਾਮੀ ਹੈ ਜਿਹੜਾ ਸਿੰਗਿੰਗ ਦੇ ਲਈ ਨੇ ਤਾਂ ਐਮੀ ਅਵਾਰਡਸ ਨੇ ਜਿਹੜੇ ਇਹ ਵੈਬ ਸੀਰੀਜ਼ ਦੇ ਲਈ ਨੇ ਠੀਕ ਹੈ ਜਿਹੜੀ ਸੀਰੀਜ਼ ਹੁੰਦੀਆਂ ਨੇ ਇਹਨਾਂ ਦੇ ਲਈ ਅਵਾਰਡਸ ਹੁੰਦੇ ਨੇ ਐਮੀ ਅਵਾਰਡਸ ਤਾਂ ਇਸ ਦਾ 45th ਐਡੀਸ਼ਨ ਆਰਗੇਨਾਈਜ਼ ਕੀਤਾ ਗਿਆ ਬੈਸਟ ਡਰਾਮਾ ਸੀਰੀਜ਼ ਇੰਡੀਆ ਦੀ ਇੱਕ ਸੀਰੀਜ਼ ਦਿੱਲੀ ਕ੍ਰਾਈਮ ਇੰਡੀਆ ਦੀ ਜਿਹੜੀ ਸੀਰੀਜ਼ ਹੈ ਦਿੱਲੀ ਕ੍ਰਾਈਮ ਜਿਹੜਾ ਨਿਰਭਯ ਕੇਸ ਹੋਇਆ ਸੀ ਦਿੱਲੀ ਦੇ ਵਿੱਚ ਉਸੇ ਦੇ ਬੇਸਿਸ ਤੇ ਇਸ ਵੈਬ ਸੀਰੀਜ਼ ਨੂੰ ਬਣਾਇਆ ਗਿਆ ਸੀ ਨੈਟਫਲਿਕਸ ਦੁਆਰਾ ਇਸ ਨੂੰ ਬਣਾਇਆ ਗਿਆ ਸੀ ਔਰ ਦਿੱਲੀ ਕ੍ਰਾਈਮ ਵੈਬ ਸੀਰੀਜ਼ ਨੂੰ ਬੈਸਟ ਡਰਾਮਾ ਸੀਰੀਜ਼ ਅਵਾਰਡ ਦਿੱਤਾ ਗਿਆ ਠੀਕ ਹੈ ਜੀ ਇਸ ਤੋਂ ਇਲਾਵਾ ਕੁਝ ਇੰਪੋਰਟੈਂਟ ਫੈਕਟਸ ਰਹਿਣਗੇ ਇੰਟਰਨੈਸ਼ਨਲ ਐਮੀ ਅਵਾਰਡਸ ਦੇ ਰਿਲੇਟਡ ਡਿਸਕਸ ਕਰਦੇ ਆ ਕਿ ਜਿਹੜੀ ਦਿੱਲੀ ਕ੍ਰਾਈਮ ਸੀਰੀਜ਼ ਹੈ ਬੈਸਟ ਡਰਾਮਾ ਸੀਰੀਜ਼ ਜਿੱਤੀ ਹੈ ਐਡੀਸ਼ਨ ਇੰਪੋਰਟੈਂਟ ਬਨੇਗਾ 45th ਇੰਟਰਨੈਸ਼ਨਲ ਐਮੀ ਅਵਾਰਡਸ ਅੱਛਾ ਇੱਥੇ ਲਿਖਣਾ ਰਹੇਗਾ ਕਿ ਇਸ ਨੂੰ ਆਰਗੇਨਾਈਜ਼ ਕਿੱਥੇ ਕੀਤਾ ਗਿਆ ਨਿਊਯਾਰਕ ਦੇ ਵਿੱਚ ਇਹ ਯਾਦ ਰੱਖਣਾ ਹੈ ਯੂ ਐਸ اے ਦੁਆਰਾ ਆਰਗੇਨਾਈਜ਼ ਕੀਤਾ ਜਾਂਦਾ ਹੈ ਨਿਊਯਾਰਕ ਦੇ ਵਿੱਚ ਆਰਗੇਨਾਈਜ਼ ਕੀਤਾ ਗਿਆ ਇਸ ਤੋਂ ਇਲਾਵਾ ਜਿਹੜਾ ਕੈਰੈਕਟਰ ਸੀਗਾ ਵਰਤੀ ਵਰਤੀ ਦਾ ਚਤੁਰਵੇਦੀ ਕੈਰੈਕਟਰ ਸੀਗਾ ਇਸ ਨੂੰ ਸ਼ਿਫਾਲੀ ਸ਼ਾਦ ਦਵਾਰਾ ਸ਼ਿਫਾਲੀ ਸ਼ਾਦ ਦਵਾਰਾ ਨਿਭਾਇਆ ਗਿਆ ਸੀ ਇਸ ਤੋਂ ਇਲਾਵਾ 4 ਸਾਮਾ 4 ਸਾਮਾ ਇੱਕ ਸੀਰੀਜ਼ ਹੈ ਵੈਬ ਸੀਰੀਜ਼ ਹੈ ਜੋ ਕਿ ਸੀਰੀਅਲ ਦੀ ਅਪਰਾਇਜ਼ਿੰਗ ਦੇ ਉੱਤੇ ਹੈ ਇਸ ਨੂੰ ਬੈਸਟ ਡਾਕੂਮੈਂਟਰੀ ਅਵਾਰਡ ਦਿੱਤਾ ਗਿਆ ਦੋ ਅਵਾਰਡ ਡਿਸਕਸ ਕਰ ਯਾਦ ਰੱਖਾਂਗੇ 4 ਸਾਮਾ ਸੀਰੀਜ਼ ਪਲੱਸ ਦਿੱਲੀ ਕ੍ਰਾਈਮ ਸੀਰੀਜ਼ ਬੈਸਟ ਡਰਾਮਾ ਸੀਰੀਜ਼ ਔਰ ਬੈਸਟ ਡਾਕੂਮੈਂਟਰੀ ਸੀਰੀਜ਼ ਇਸ ਤੋਂ ਇਲਾਵਾ ਇੱਕ ਅਵਾਰਡ ਹੋਰ ਇੰਪੋਰਟੈਂਟ ਬਣਿਆ 베ਸਟ ਐਕਟਰ ਦਾ ਅਵਾਰਡ 베ਸਟ ਐਕਟਰ ਦਾ ਅਵਾਰਡ ਕਿਉਂ ਇੰਪੋਰਟੈਂਟ ਬਣਿਆ ਕਿਉਂਕਿ ਇਸ ਦੇ ਵਿੱਚ ਇੱਕ ਇੰਡੀਅਨ ਐਕਟਰ ਨੂੰ ਵੀ ਨਾਮਿਨੇਟ ਕੀਤਾ ਗਿਆ ਸੀ ਪਰ ਦਿੱਤਾ ਨਹੀਂ ਗਿਆ 베ਸਟ ਐਕਟਰ ਅਵਾਰਡ ਰਿਸਪਾਂਸਿਬਲ ਚਾਈਲਡ ਵੈਬ ਸੀਰੀਜ਼ ਦੇ ਲਈ ਬਿਲੀ ਬੈਰਟ ਬਿਲੀ ਬੈਰਟ ਨੂੰ ਦਿੱਤਾ ਗਿਆ ਬਿਲੀ ਬੈਰਟ ਨੂੰ ਦਿੱਤਾ ਗਿਆ ਪਰ ਇੰਡੀਅਨ ਐਕਟਰ ਅਰਜੁਨ ਮਾਥੁਰ ਨੂੰ ਇੰਡੀਅਨ ਐਕਟਰ ਅਰਜੁਨ ਮਾਥੁਰ ਨੂੰ ਮੇਡ ਇਨ ਹੈਵਨ ਦੇ ਲਈ ਮੇਡ ਇਨ ਹੈਵਨ ਵੈਬ ਸੀਰੀਜ਼ ਦੇ ਲਈ ਨੋਮੀਨੇਟ ਕੀਤਾ ਗਿਆ ਸੀ ਠੀਕ ਹੈ ਜੀ ਇੰਡੀਅਨ ਐਕਟਰ ਅਰਜੁਨ ਮਾਥੁਰ ਨੂੰ ਮੇਡ ਇਨ ਹੈਵਨ ਪੈਪ ਸੀਰੀਜ਼ ਦੇ ਲਈ ਨੋਮੀਨੇਟ ਕੀਤਾ ਗਿਆ ਸੀ ਬੈਸਟ ਐਕਟਰ ਅਵਾਰਡ ਲੇਕਿਨ ਦਿੱਤਾ ਕਿਸ ਨੂੰ ਗਿਆ ਬਿਲੀ ਬੈਰੇਟ ਨੂੰ ਯਾਦ ਰੱਖਣਾ ਨੈਕਸਟ ਹੈ ਹੂ ਬਿਕਮ ਦਾ ਵਰਲਡ ਸੈਕਿੰਡ ਰਿਚੇਸਟ ਪਰਸਨ ਇਹ ਤਾਂ ਹਰ ਇੱਕ ਨੂੰ ਪਤਾ ਹੋਵੇਗਾ ਬਲੂਮਬਰਗ ਦੀ ਰਿਪੋਰਟ ਦੇ ਅਨਸਾਰ ਫੌਪਸ ਦੀ ਗੱਲ ਨਹੀਂ ਕਰ ਰਹੇ ਆਪਾਂ ਬਲੂਬਰਗ ਦੀ ਗੱਲ ਕਰ ਰਹੇ ਹਾਂ ਬਲੂਮਬਰਗ ਦੀ ਜਿਹੜੀ ਰਿਪੋਰਟ ਆਈ ਹੈ ਉਸ ਦੇ ਅਨੁਸਾਰ ਵਰਲਡ ਦੇ ਸੈਕਿੰਡ ਰਿਚੇਸਟ ਪਰਸਨ ਬਣ ਚੁੱਕੇ ਨੇ ਐਲਨ ਮਸਕ ਥਰਡ অপਸ਼ਨ ਐਲਨ ਮਸਕ ਬੇਸਿਕਲੀ ਜੇਕਰ ਫਰਸਟ ਰਿਚੇਸ ਦੀ ਗੱਲ ਕਰਦੇ ਤਾਂ ਜੈਫ ਬੈਜ਼ੋਸ Amazon ਦੇ ਫਾਊਂਡਰ ਜੈਫ ਬੈਜ਼ੋਸ ਫਰਸਟ ਰਿਚੇਸ ਪਰਸਨ ਨੇ ਬਿਲ ਗੇਟਸ ਬਿਲ ਗੇਟ ਸੈਕਿੰਡ ਨੰਬਰ ਤੇ ਹੁੰਦੇ ਸੀ ਇਹਨਾਂ ਨੂੰ ਪਿੱਛੇ ਛੱਡ ਕੇ ਹੁਣ ਦੂਸਰੇ ਨੰਬਰ ਤੇ ਆ ਚੁੱਕੇ ਨੇ ਐਲਨ ਮਸਕ ਯਾਨੀ ਕਿ ਤੀਸਰੇ ਨੰਬਰ ਤੇ ਕੌਣ ਚਲੇ ਗਏ ਬਿਲ ਗੇਟਸ ਐਲਨ ਮਸਕ ਬਾਰੇ ਯਾਦ ਰੱਖਣਾ ਹੈ ਟੈਸਲਾ ਕੰਪਨੀ ਦੇ ਫਾਊਂਡਰ ਨੇ ਇਸ ਤੋਂ ਇਲਾਵਾ ਸਪੇਸ ਐਕਸ ਦੇ ਵੀ ਫਾਊਂਡਰ ਨੇ ਕਾਫੀ ਅੱਛਾ ਦਿਮਾਗ ਹੈ ਜੇਕਰ ਅਪ ਇਹਨਾਂ ਦੀ ਗੱਲ ਕਰਦੇ ਆ ਇਨਾਂ ਦੀ ਜਿਹੜੀ ਡਿਸਕਵਰੀਜ਼ ਨੇ ਇਸ ਤੋਂ ਇਲਾਵਾ ਜਿਹੜੀ ਸਪੇਸਐਕਸ ਨਾਮ ਦੀ ਕੰਪਨੀ ਹੈ ਕਾਫੀ ਅੱਛੀ ਗੱਲ ਹੈ ਕਿ ਯੂਐਸਏ ਦੇ ਜ਼ਿਆਦਾਤਰ ਜਿਹੜੇ ਸਪੇਸ ਕ੍ਰਾਫਟਸ ਨੇ ਉਹ ਨਾਸਾ ਖੁਦ ਨਾ ਭੇਜ ਕੇ ਨਾਸਾ ਖੁਦ ਨਾ ਭੇਜ ਕੇ ਸਿਰਫ ਡਿਵੈਲਪ ਕਰਕੇ ਭਿਜਵਾਇਨਾ ਤੋਂ ਰਿਹਾ ਠੀਕ ਹੈ ਇਸ ਤੋਂ ਇਲਾਵਾ ਯੂਐਸਏ ਦੇ ਜਿਹੜੇ ਐਸਟਰੋਨੌਟਸ ਨੇ ਉਹਨਾਂ ਨੂੰ ਵੀ ਸਪੇਸਐਕਸ ਦੁਆਰਾ ਹੀ ਭੇਜਿਆ ਜਾ ਰਿਹਾ ਹੈ ਠੀਕ ਹੈ ਜੀ ਤਾਂ ਇੱਕ ਕੁਝ ਖਾਸियत ਹੈ ਇਹਨਾਂ ਦੀ ਕੰਪਨੀ ਦੇ ਵਿੱਚ ਇਹਨਾਂ ਦੇ ਟੈਕਨੋਲੋਜੀ ਦੇ ਵਿੱਚ ਤਾਂ ਹੀ ਇਹਨਾਂ ਦੁਆਰਾ ਭੇਜਿਆ ਜਾ ਰਿਹਾ ਹੈ ਇਸੇ ਕਰਕੇ ਇਹ ਵਰਲਡ ਦੇ ਸੈਕੰਡ ਰਿਚੈਸਟ ਪਰਸਨ ਬਣੇ ਨੇ ਨੈਕਸਟ ਹੈ ਵਿਚ ਆਫ ਦਾ ਫੋਲੋਇੰਗ ਇਜ਼ ਅ ਨੋਮੀਨੇਟਿਡ ਫੋਰ ਆਈਸੀਸੀ ਪਲੇਅਰ ਆਫ ਦਾ ਡੀਕੇਡ ਇੱਥੇ ਟ੍ਰਿਕ ਕੁਐਸਚਨ ਬਣੇਗਾ ਟ੍ਰਿਕ ਕੁਐਸਚਨ ਬਣੇਗਾ ਧਿਆਨ ਰੱਖਣਾ ਆਈਸੀਸੀ ਪਲੇਅਰ ਆਫ ਦਾ ਡੀਕੇਡ ਦੇ ਲਈ ਕਿਸ ਨੂੰ ਨੋਮੀਨੇਟ ਕੀਤਾ ਗਿਆ ਕਿਹੜੇ ਇੰਡੀਅਨ ਪਰਸਨ ਨੂੰ ਨੋਮੀਨੇਟ ਕੀਤਾ ਗਿਆ ਤਾਂ ਆਪਣਾ ਆਨਸਰ ਹੋਏਗਾ 5th ਆਪਸ਼ਨ ਵਿਰਾਟ ਕੋਹਲੀ ਔਰ ਰਵੀਚੰਦਰਨ ਅਸ਼ਵਿਨ ਨੂੰ ਵਿਰਾਟ ਕੋਹਲੀ ਤੇ ਰਵੀ ਚੰਦਰਨ ਅਸ਼ਵਿਨ ਨੂੰ ICC ਪਲੇਅਰ ਆਫ ਦਾ ਡੈਕੇਡ ਦੇ ਲਈ ਨਾਮਿਨੇਟ ਕੀਤਾ ਗਿਆ ਪਲੱਸ ਵਿਰਾਟ ਕੋਹਲੀ ਰੋਹਿਤ ਸ਼ਰਮਾ ਔਰ ਐਮ ਐਸ ਧੋਨੀ ਨੂੰ ਨਾਮਿਨੇਟ ਕੀਤਾ ਗਿਆ ਮੈਨਜ਼ ODI ਪਲੇਅਰ ਆਫ ਦਾ ਈਅਰ ਦੇ ਲਈ ICC ਦੁਬਾਰਾ ਚਾਰ ਡਿਫਰੈਂਟ ਕੈਟੇਗਰੀਜ਼ ਦੇ ਵਿੱਚ ਅਵਾਰਡ ਦਿੱਤੇ ਜਾਂਦੇ ਨੇ ਠੀਕ ਹੈ ICC ਪਲੇਅਰ ਆਫ ਦਾ ਡੈਕੇਡ ਇਸ ਤੋਂ ਇਲਾਵਾ ਮੈਨਜ਼ ODI ਪਲੇਅਰ ਆਫ ਦਾ ਡੈਕੇਡ T20 ਦੇ ਲਈ ਹੁੰਦਾ ਹੈ ਔਰ ਚਾਰ categories ਹੁੰਦੇ ਨੇ ਬੇਸਿਕਲੀ ਜਿਨ੍ਹਾਂ ਦੇ ਵਿੱਚ ਵਿਰਾਟ ਕੋਹਲੀ ਔਰ ਰਵੀ ਚੰਦਰਨ ਅਸ਼ਵਿਨ ਨੂੰ ICC Player of the Decade category ਦੇ ਵਿੱਚ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਐਮ ਐਸ ਧੋਨੀ ਨੂੰ Men's ODI Player of the Decade category ਦੇ ਵਿੱਚ ਔਰ ਇਸ ਤੋਂ ਇਲਾਵਾ ਇਹ ਵੀ ਯਾਦ ਰੱਖਣੇ ਕਿ ਜਿਹੜੇ ਵਿਰਾਟ ਕੋਹਲੀ ਨੇ ਇਹਨਾਂ ਨੂੰ ਚਾਰੋਂ category ਦੇ ਵਿੱਚ ਨਾਮਿਨੇਟ ਕੀਤਾ ਗਿਆ ਇਹ ਓਨਲੀ ਇੰਡੀਅਨ ਪਲੇਅਰ ਨੇ ਜਿਨ੍ਹਾਂ ਨੂੰ ਚਾਰੋਂ category ਦੇ ਵਿੱਚ ਨਾਮਿਨੇਟ ਕੀਤਾ ਗਿਆ ਠੀਕ ਹੈ ਜੀ ਆਈਸੀਸੀ ਰਿਲੇਟਡ ਦੋ ਨਿਊਜ਼ ਸੀਗੀਆਂ ਇੱਕ ਇਹ ਹੋ ਗਈ ਇੱਕ ਹੋਰ ਡਿਸਕਸ ਕਰਾਂਗੇ ਇਸ ਤੋਂ ਇਲਾਵਾ ਆਈਸੀਸੀ ਦੀ ਗੱਲ ਕਰਦੇ ਹਾਂ ਤਾਂ ਦੁਬਈ ਦੇ ਵਿੱਚ ਹੈੱਡਕੁਆਰਟਰ ਹੈ ਦੁਬਈ ਯੂਏਈ ਦੇ ਵਿੱਚ ਔਰ 1909 ਦੇ ਵਿੱਚ ਬਣਾਇਆ ਗਿਆ ਸੀ ਠੀਕ ਹੈ ਜੀ ਅੱਛਾ ਦੁਬਈ ਦੀ ਗੱਲ ਕਰਦੇ ਹਾਂ ਤਾਂ ਆਈਪੀਐਲ ਆਰਗੇਨਾਈਜ਼ ਕੀਤਾ ਗਿਆ ਦੁਬਈ ਦੁਆਰਾ ਠੀਕ ਹੈ ਬੁਰਜ ਖਲੀਫਾ ਦੁਬਈ ਦੇ ਵਿੱਚ ਹੈ ਆਈਪੀਐਲ ਦੀ ਹੀ ਗੱਲ ਕਰਦੇ ਹਾਂ ਤਾਂ ਆਈਪੀਐਲ ਦਾ 13ਵਾਂ ਐਡੀਸ਼ਨ ਆਰਗੇਨਾਈਜ਼ ਕੀਤਾ ਗਿਆ ਜਿੱਤਿਆ ਗਿਆ ਮੁੰਬਈ ਇੰਡੀਅਨਜ਼ ਦੁਆਰਾ ਪੰਜਵੀਂ ਵਾਰ ਦਿੱਲੀ ਕੈਪੀਟਲਜ਼ ਨੂੰ ਹਰਾ ਕੇ ਇਹ ਯਾਦ ਰੱਖਣਾ ਠੀਕ ਹੈ ਜੀ ਨੈਕਸਟ ਹੈ ਆਈਸੀਸੀ ਰਿਲੇਟਡ ਦੂਸਰੀ ਨਿਊਜ਼ ਕਿ ਆਈਸੀਸੀ ਦੇ ਚੇਅਰਮੈਨ ਅਪਾਇੰਟ ਕੀਤੇ ਗਏ ਨੇ ਤੁਹਾਨੂੰ ਯਾਦ ਹੋਵੇਗਾ ਕੱਲ ਵੀ ਆਪਾਂ ਆਈਸੀਸੀ ਰਿਲੇਟਡ ਨਿਊ ਡਿਸਕਸ ਕੀਤੀ ਸੀ ਕਿ 15 ਸਾਲ ਇੰਟਰਨੈਸ਼ਨਲ ਕ੍ਰਿਕਟ ਦੀ ਏਜ ਅਨਾਉਂਸ ਕੀਤੀ ਗਈ ਹੈ ਰੂਲਸ ਚੇਂਜ ਕਰਕੇ ਹੁਣ ਜਿਹੜੇ ਚੇਅਰਮੈਨ ਨੇ ਆਈਸੀਸੀ ਦੇ ਇਹ ਪੋਸਟ ਸੀ ਜਿਹੜੀ ਖਾਲੀ ਚੱਲ ਰਹੀ ਸੀ ਤੁਹਾਨੂੰ ਯਾਦ ਹੋਵੇਗਾ ਸਸ਼ਾਂਕ ਮਨੋਹਰ ਨੇ ਜਿਹੜੇ ਇਹ ਚੇਅਰਮੈਨ ਹੁੰਦੇ ਸੀ ਆਈਸੀਸੀ ਦੇ ਇਨਾਂ ਦੇ ਰੈਜ਼ਿਗਨੇਸ਼ਨ ਤੋਂ ਬਾਅਦ ਇੰਟੈਰੀਮ ਚਾਰਜ ਦਿੱਤਾ ਗਿਆ ਸੀ ਇਮਰਾਨ ਖਵਾਜ਼ਾ ਨੂੰ ਇਮਰਾਨ ਖਵਾਜ਼ਾ ਇੰਟੈਰੀਮ ਚੇਅਰਪਰਸਨ ਅਪੁਆਇੰਟ ਕੀਤੇ ਗਏ ਸੀ ਇਹਨਾਂ ਨੂੰ ਫੁੱਲ ਟਰਮ ਨਹੀਂ ਦਿੱਤੀ ਗਈ ਸੀ ਇੰਟੈਰੀਮ ਅਪੁਆਇੰਟ ਕੀਤੇ ਗਏ ਸੀ ਹੁਣ ਫਾਈਨਲੀ ਗ੍ਰੈਗ ਬਾਰਕਲੇ ਗਲੈਗ ਬਾਰਕਲੇ ਗ੍ਰੈਗ ਬਾਰਕਲੇ ਨੂੰ ਚੇਅਰਮੈਨ ਅਪੁਆਇੰਟ ਕੀਤਾ ਗਿਆ ਨਿਊਜ਼ੀਲੈਂਡ ਤੋਂ ਬਿਲੋਂਗ ਕਰਦੇ ਨੇ ਗਲੈਗ ਬਾਰਕਲੇ ਇਹਨਾਂ ਨੂੰ ਚੇਅਰਮੈਨ ਅਪੁਆਇੰਟ ਕੀਤਾ ਗਿਆ ਆਈਸੀਸੀ ਦਾ ਠੀਕ ਹੈ ਬਾਕੀ ਫੈਕਟ ਆਪਾਂ ਡਿਸਕਸ ਕਰ ਲਏ ਨੇ 1909 ਦੇ ਵਿੱਚ ਬਣਾਇਆ ਗਿਆ ਸੀ ਦੁਬਈ ਦੇ ਵਿੱਚ ਹੈਡਕ quartਰ ਹੈ ਠੀਕ ਹੈ ਜੀ ਮਨੂ ਸਾਹ ਨੇ ਇਸ ਦੇ ਇਸਈਓ ਨੇ ਠੀਕ ਹੈ ਜੀ ਯਾਦ ਰੱਖਿਓ ਇਸੇ ਤਰੀਕੇ ਨਾਲ ਜਿਹੜੀ ਇੰਡੀਅਨ ਆਰਗੇਨਾਈਜੇਸ਼ਨ ਹੈ ਬੀਸੀਸੀਆਈ ਹੈ ক্রিকেট ਦੇ ਲਈ ਇੰਡੀਅਨ ਆਰਗੇਨਾਈਜੇਸ਼ਨ ਬੋਰਡ ਆਫ ক্রিকেট ਕੰਟਰੋਲ ਆਫ ਇੰਡੀਆ ਮੁੰਬਈ ਦੇ ਵਿੱਚ ਹੈਡਕ quartਰ ਹੈ ਬੀਸੀਸੀਆਈ ਔਰ ਬੀਸੀਸੀਆਈ ਦੇ ਹੈੱਡ ਨੇ ਜਿਹੜੇ ਉਹ ਕੌਣ ਨੇ 39th ਨੰਬਰ ਦੇ ਹੈੱਡ ਨੇ ਸੌਰਵ ਗਾਂਗੂਲੀ ਸੌਰਵ ਗਾਂਗੂਲੀ ਠੀਕ ਹੈ ਜੀ ਯਾਦ ਰੱਖਣੀ ਇਸ ਤੋਂ ਇਲਾਵਾ ਬਾਕੀ ਦੋ অপਸ਼ਨਸ ਦੇ ਬਾਰੇ ਡਿਸਕਸ ਕਰ ਲੈਣੇ ਆ ਤਾਂ ਯੂਨਾਈਟਿਡ ਨੇਸ਼ਨਸ ਜਰਨਲ ਅਸੈਂਬਲੀ ਯੂਨਾਈਟਿਡ ਨੇਸ਼ਨਸ ਜਰਨਲ ਅਸੈਂਬਲੀ ਦੇ ਵਿੱਚ ਫਲੀਪੋ ਗ੍ਰੈਂਡੀ ਫਲੀਪੋ ਗ੍ਰੈਂਡੀ ਨੂੰ ਰੀਇਲੈਕਟ ਕੀਤਾ ਗਿਆ ਐਜ਼ ਅ ਹਾਈ ਕਮਿਸ਼ਨਰ ਫੋਰ ਰਿਫਿਊਜੀਜ਼ ਹਾਈ ਕਮਿਸ਼ਨਰ ਫੋਰ ਰਿਫਿਊਜੀਜ਼ ਰੀਇਲੈਕਟ ਕੀਤੇ ਗਏ ਨੇ ਫਲੀਪੋ ਗ੍ਰੈਂਡੀ ਠੀਕ ਹੈ ਇਟਾਲੀਅਨ ਪਰਸਨ ਨੇ ਤਕਰੀਬਨ 30 ਸਾਲ ਤੋਂ ਜ਼ਿਆਦਾ ਐਕਸਪੀਰੀਅੰਸ ਹੈ ਇਹਨਾਂ ਨੂੰ ਯੂਨਾਈਟਿਡ ਨੇਸ਼ਨਸ ਦੇ ਵਿੱਚ ਇਸ ਤੋਂ ਇਲਾਵਾ ਵਿਲੀ ਵਾਲਸ਼ ਵਿਲੀ ਵਾਲਸ਼ ਜੋ ਕਿ ਫਾਰਮਰ ਸੀਈਓ ਨੇ ਇੰਟਰਨੈਸ਼ਨਲ 에ਅਰਲਾਈਨ ਗਰੁੱਪ ਦੇ ਇਹਨਾਂ ਨੂੰ ਡਾਇਰੈਕਟਰ ਜਰਨਲ ਅਪਾਇੰਟ ਕੀਤਾ ਗਿਆ ਹੈ ਇੰਟਰਨੈਸ਼ਨਲ 에ਅਰ ਟਰਾਂਸਪੋਰਟ ਐਸੋਸੀਏਸ਼ਨ ਦਾ ਇੰਟਰਨੈਸ਼ਨਲ 에ਅਰ ਟਰਾਂਸਪੋਰਟ ਐਸੋਸੀਏਸ਼ਨ ਦਾ ਇਨ ਪਲੇਸ ਆਫ ਅਲੈਗਜ਼ੈਂਡਰ ਡੀ ਜੁਨੀਕ ਅਲੈਗਜ਼ੈਂਡਰ ਡੀ ਜੁਨੀਕ ਦੀ ਰਿਟਾਇਰਮੈਂਟ ਹੋਣੀ ਹੈ ਮਾਰਚ 2021 ਦੇ ਵਿੱਚ ਔਰ ਮਾਰਚ 2021 ਤੋਂ ਬਾਅਦ ਵਿਲੀ ਵਾਲਸ਼ ਬਣਨਗੇ ਇੰਟਰਨੈਸ਼ਨਲ 에ਅਰ ਟਰਾਂਸਪੋਰਟ ਐਸੋਸੀਏਸ਼ਨ ਦੇ ਹੈੱਡ ਠੀਕ ਹੈ ਜੀ ਨੈਕਸਟ ਵਿਚ ਪੇਮੈਂਟ ਬੈਂਕ ਕਿਹੜਾ ਪੇਮੈਂਟ ਬੈਂਕ ਪਾਰਟਨਰਸ਼ਿਪ ਕਰ ਚੁੱਕਿਆ ਹੈ ਪੀਐਨਬੀ ਮੈਟ ਲਾਈਫ ਇੰਡੀਆ ਇੰਸ਼ੋਰੈਂਸ ਦੇ ਨਾਲ ਪੀਐਨਬੀ ਮੈਟ ਲਾਈਫ ਇੰਡੀਆ ਇੰਸ਼ੋਰੈਂਸ ਦੇ ਨਾਲ ਟੂ ਲਾਂਚ ਪੀਐਮ ਜੀਵਨ ਬੀਮਾ ਯੋਜਨਾ ਟੂ ਪੀਐਮ ਜੀਵਨ ਬੀਮਾ ਯੋਜਨਾ ਪ੍ਰਧਾਨ ਮੰਤਰੀ ਜੀਵਨ ਬੀਮਾ ਯੋਜਨਾ ਦੀ ਜੀਵਨ ਜੋਤੀ ਬੀਮਾ ਯੋਜਨਾ ਨੂੰ ਲਾਂਚ ਕਰਨ ਦੇ ਲਈ ਪੀਐਨਬੀ ਮੈਟ ਲਾਈਫ ਇੰਡੀਆ ਇੰਸ਼ੋਰੈਂਸ ਦੇ ਨਾਲ ਇੰਡੀਆ ਪੋਸਟ ਪੇਮੈਂਟ ਬੈਂਕ ਨੇ ਇੰਡੀਆ ਪੋਸਟ ਪੇਮੈਂਟ ਬੈਂਕ ਦੁਆਰਾ ਪਾਰਟਨਰਸ਼ਿਪ ਕੀਤੀ ਗਈ ਠੀਕ ਹੈ ਜੀ ਪਾਰਟਨਰਸ਼ਿਪ ਕਿਨਾਂ ਦੁਆਰਾ ਕੀਤੀ ਗਈ ਹੈ ਇੰਡੀਆ ਪੋਸਟ ਪੇਮੈਂਟ ਬੈਂਕ ਦੁਆਰਾ ਅੱਛਾ ਅਗਰ ਆਪਾਂ ਗੱਲ ਕਰਦੇ ਹਾਂ ਇੰਡੀਆ ਪੋਸਟ ਪੇਮੈਂਟ ਬੈਂਕ ਦੀ ਹੈੱਡ ਕੁਆਰਟਰ ਕਿੱਥੇ ਹੈ ਨਿਊ ਦਿੱਲੀ ਦੇ ਵਿੱਚ ਹੈ ਇਸ ਤੋਂ ਇਲਾਵਾ ਰੀਸੈਂਟਲੀ ਇਸ ਦੇ ਐਮ ਡੀ ਪਾਇੰਟ ਕਿਤੇ ਗਏ ਨੇ ਅਗਰ ਆਪਾਂ ਗੱਲ ਕਰਦੇ ਹਾਂ ਲਾਸਟ ਮੰਥ ਦੇ ਵਿੱਚ ਹੀ ਇਸ ਦੇ ਐਮ ਡੀ ਪਾਇੰਟ ਕਿਤੇ ਗਏ ਨੇ ਜੇ ਵੈਂਕੇਟਾ ਰਮਨ ਜੇ ਵੈਂਕੇਟਾ ਰਮਨ ਇਹ ਨਾਮ ਯਾਦ ਰੱਖਣਾ ਇੰਪੋਰਟੈਂਟ ਰਹੇਗਾ ਜੇ ਵੈਂਕੇਟਾ ਰਮਨ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰਦੇ ਹਾਂ ਅ اچھا ਇੰਡੀਆ ਪੋਸਟ ਦੁਆਰਾ ਹੀ ਰੀਸੈਂਟਲੀ ਯੂ ਐਸ اے ਪੋਸਟ ਦੇ ਨਾਲ ਐਗਰੀਮੈਂਟ ਸਾਈਨ ਕੀਤਾ ਗਿਆ ਸੀ ਇਹ ਵੀ ਯਾਦ ਰੱਖਣਾ ਹੈ ਰੀਸੈਂਟਲੀ ਇੰਡੀਆ ਪੋਸਟ ਦੁਆਰਾ ਸਤਵੰਤੀ ਟੁਆਏ ਸਤਵੰਤੀ ਟੁਆਏ ਪੋਸਟਕਾਡ ਲਾਂਚ ਕੀਤਾ ਗਿਆ ਸੀ ਪੋਸਟਲ ਡੇ ਓਬਜ਼ਰਵ ਕੀਤਾ ਗਿਆ 1 ਅਕਤੂਬਰ ਨੂੰ 9 ਅਕਤੂਬਰ ਨੂੰ ਨੈਸ਼ਨਲ ਪੋਸਟਲ ਡੇ ਓਬਜ਼ਰਵ ਕੀਤਾ ਗਿਆ ਨੈਸ਼ਨਲ ਪੋਸਟ ਡੇ ਓਬਜ਼ਰਵ ਕੀਤਾ ਗਿਆ ਇਹ ਸਾਡੇ ਵਰਲਡ ਪੋਸਟ ਦੇ ਸੋਰੀ ਉਸ ਤੋਂ ਬਾਅਦ 13 ਅਕਤੂਬਰ ਨੂੰ 13 ਅਕਤੂਬਰ ਨੂੰ ਨੈਸ਼ਨਲ ਫਲੈਟਲੀ ਡੇ ਵੀ ਓਬਜ਼ਰਵ ਕੀਤਾ ਗਿਆ ਇੰਪੋਰਟੈਂਟ ਰਹਿਣਗੇ ਪੇਟੀਐਮ ਪੇਮੈਂਟ ਬੈਂਕ ਨੌਇਡਾ ਦੇ ਵਿੱਚ ਹੈਡਕੁਆਟਰ ਹੈ ਏਟਲ ਪੇਮੈਂਟ ਬੈਂਕ ਦਿੱਲੀ ਦੇ ਵਿੱਚ ਹੈਡਕੁਆਟਰ ਹੈ ਫੀਨੋ ਪੇਮੈਂਟ ਬੈਂਕ ਔਰ ਜੀਓ ਪੇਮੈਂਟ ਬੈਂਕ ਇਹਨਾਂ ਦੇ ਹੈਡਕੁਆਟਰ ਮੁੰਬਈ ਦੇ ਵਿੱਚ ਨੇ ਜੀਓ ਪੇਮੈਂਟ ਬੈਂਕ ਇਕਲੌਤਾ ਪੇਮੈਂਟ ਬੈਂਕ ਸੀਗਾ ਜਿਸ ਨੇ ਨਾਲ ਵਟਸਐਪ ਪੇ ਨਾਲ ਐਗਰੀਮੈਂਟ ਕੀਤਾ ਹੈ ਠੀਕ ਹੈ ਟੋਟਲ ਪੰਜ ਬੈਂਕਾਂ ਦੇ ਨਾਲ ਐਗਰੀਮੈਂਟ ਕੀਤਾ ਸੀ ਜਿਨ੍ਹਾਂ ਦੇ ਵਿੱਚੋਂ ਪੇਮੈਂਟ ਬੈਂਕ ਇਕਲੌਤਾ ਪੇਮੈਂਟ ਬੈਂਕ ਸੀ ਜੀਓ ਪੇਮੈਂਟ ਬੈਂਕ ਠੀਕ ਹੈ ਜੀ ਯਾਦ ਰੱਖਣਾ ਨੈਕਸਟ ਹੈ ਵਾਟ ਇਜ਼ ਦਾ ਰੈਂਕ ਆਫ ਦਿੱਲੀ ਇਨ ਨਾਈਟ ਫ੍ਰੈਂਕਸ ਗਲੋਬਲ ਰਿਪੋਰਟ ਨਾਈਟ ਫ੍ਰੈਂਕਸ ਨਾਈਟ ਫ੍ਰੈਂਕਸ ਗਲੋਬਲ ਰਿਪੋਰਟ ਬੇਸਿਕਲੀ ਅਗਰ ਆਪਾਂ ਗੱਲ ਕਰਦੇ ਆਂ ਲਗਜ਼ਰੀ ਸਿਟੀਜ਼ ਦੇ ਉੱਤੇ ਰਿਪੋਰਟ ਜਾਰੀ ਕੀਤੀ ਜਾਂਦੀ ਹੈ ਤਾਂ ਇਸ ਦੇ ਵਿੱਚ ਇੰਡੀਆ ਦਾ ਰੈਂਕ ਕਿੰਨਾ ਹੈ ਇੰਡੀਆ ਦੇ ਇੰਡੀਆ ਦੇ ਵਿੱਚੋਂ ਟੌਪ ਦਿੱਲੀ ਦੁਆਰਾ ਕੀਤਾ ਗਿਆ ਹੈ ਔਰ ਦਿੱਲੀ ਦਾ ਗਲੋਬਲੀ ਰੈਂਕ ਕਿੰਨਾ ਹੈ ਗਲੋਬਲੀ ਰੈਂਕ ਹੈ 27th ਫਸਟ ਆਪਸ਼ਨ ਇੰਡੀਆ 27th ਰੈਂਕ ਦੇ ਉੱਤੇ ਠੀਕ ਹੈ ਜੀ ਬਾਕੀ ਆਪਸ਼ਨਸ ਦੀ ਅਗਰ ਆਪਾਂ ਗੱਲ ਕਰਦੇ ਆਂ ਤਾਂ ਇਸ ਤੋਂ ਇਲਾਵਾ ਮੁੰਬਈ ਦੀ तेतीवें रैंक और चौंतीवें रैंक से बेंगलुरु है तीन सिटीज़ के नाम इस रैंकिंग दे आया है जिस ट्वेंटी सैवंथ नंबर पर दिल्ली है मुंबई थर्टी थर्ड नंबर पर और बेंगलुरु थर्टी फोरथ नंबर पर इस अलावा तो टॉप की गल करते इस ऑकलैंड सिटी द्वारा टॉप किया गया ऑकलैंड टॉप किया गया नैक्स्ट विच कंट्री हैज़ अपरूव्ड द फस्ट कोविड नाइनटीन टेस्टिंग किट फॉर होम यूज़ विच कैन प्रोवाइड यू एक्यूरेट रिजल्ट इन थर्टी मिनट्स डेवलप्ड बाय लूसीरा हेल्थ लूसीरा हेल्थ कंपनी द्वारा एक टेस्ट किट डेवलप की गई उस कंट्री ने कंट्री ने अप्रूवल दी है कि पहली कोविड नाइनटीन टैसटिंग किट फॉर होम यूज होम यूज उस यूज़ किया जा सकता और सिर्फ तीह मिनट यानी कि किसी लैबोरेटरी जा के जाके अपन कोविड नाइनटीन का टैसट करवाने की जरूरत नहीं है ਇਸ ਨੂੰ ਕਿਹੜੀ ਕੰਟਰੀ ਦੁਆਰਾ ਅਨਾਉਂਸ ਕੀਤਾ ਗਿਆ ਯੂਐਸਏ ਦੁਆਰਾ ਯੂਐਸਏ ਦੇ ਵਿੱਚ ਇਸ ਨੂੰ ਅਨਾਉਂਸ ਕੀਤਾ ਗਿਆ ਠੀਕ ਹੈ ਜੀ ਇਸ ਤੋਂ ਇਲਾਵਾ ਦੋ ਨਿਊਜ਼ ਨੇ ਹੋ ਡਿਸਕਸ ਕਰਾਂਗੇ ਇਸ ਤੋਂ ਇਲਾਵਾ ਯੂਐਸਏ ਦੀ ਹੀ ਗੱਲ ਕਰਦੇ ਹਾਂ ਤਾਂ ਜੋ ਬੀਡਨ ਦਾ ਨਾਮ ਯਾਦ ਰੱਖਣੇ 46 ਨੰਬਰ ਦੇ ਪ੍ਰੈਜ਼ੀਡੈਂਟ ਬਣੇ ਨੇ ਇਹਨਾਂ ਦੀ ਵਾਈਫ ਜਿਲ ਬੀਡਨ ਨੇ ਠੀਕ ਹੈ ਜੀ ਮਾਲਾ ਅਡੀਗੋ ਮਾਲਾ ਅਡੀਗੋ ਨਾਮ ਦੇ ਨੂੰ ਇਹਨਾਂ ਨੇ ਪੋਲਿਸੀ ਡਾਇਰੈਕਟਰ ਅਪਾਇੰਟ ਕੀਤਾ ਇਹ ਯਾਦ ਰੱਖਣੇ Uh, इस अलावा तो अगर आप गल करते हैं कमला हैरिस का नाम याद रखना है जो कि वाइस प्रेजिडेंट फस्ट वूमेन वाइस प्रेजिडेंट और फस्ट इंडियन अमेरिकन वाइस प्रेजिडेंट इस अलावा तो फस्ट अफ्रीकन अमेरिकन वाइस प्रेजिडेंट बनाए गए ने यूएसए के स्कॉटलैंड गा, बारे गल कर न्यूज़ यह स्किप हो गई से अपनी कि स्कॉटलैंड द्वारा पहली हाइड्रोजन पावर्ड डबल डैकर बस बनाई गई है हाइड्रोजन पावर्ड डबल डैकर बस स्कॉटलैंड द्वारा शुरू की गई है कैपिटल करंसी इंपोर्टेंट बनेगी स्कॉटलैंड वैसे यूके का पार्ट है स्कॉटलैंड एड इन बुरुग करंसी पाउंड चलती है ठीक है जी वैसे यूनाइटेड किंगडम का पार्ट है स्कॉटलैंड चाइना की गल करते हैं तो चाइना द्वारा ईलीगली कैप्चर किया गया भूटान का एरिया न्यूज़ वैसे इस तरीके नहीं पुछी जाएगी न्यूज़ पूछी जा सकती कि पांगडा विलेज केड़ी कंट्री है तो भूटान ठीक है आ, ਬੇਸਿਕਲੀ ਇਸ ਨੂੰ ਅਪਾਇ ਇਸ ਤਰੀਕੇ ਨਾਲ ਕਹਿ ਸਕਦੇ ਨੇ ਕਿ ਵਿਲੇਜ ਥੋੜਾ ਨਿਊਜ਼ ਦੇ ਵਿੱਚ ਰਿਹਾ ਕਿਸ ਕਰਕੇ ਕਿ ਭੂਟਾਨ ਦਾ ਇੱਕ ਵਿਲੇਜ ਹੈ ਫੋਰ ਐਗਜ਼ਾਮਪਲ ਇਹ ਭੂਟਾਨ ਹੈ ਤਾਂ ਅਗਰ ਇੱਥੇ ਚਾਈਨਾ ਹੈ ਤਾਂ ਚਾਈਨਾ ਨੇ ਕੀ ਕਰਿਆ ਕਿ ਐਨਾਕ ਏਰੀਆ ਕੈਪਚਰ ਕਰ ਲਿਆ ਇਸ ਏਰੀਆ ਦੇ ਵਿੱਚ ਵਿਲੇਜ ਡਿਵੈਲਪ ਕਰ ਲਿਆ ਡਿਵੈਲਪ ਕਰਕੇ ਕੰਸਟਰਕਸ਼ਨ ਕਰ ਲਈ ਪੂਰੀ ਔਰ ਉਸ ਵਿਲੇਜ ਨੂੰ ਨਾਮ ਦਿੱਤਾ ਪਾਂਗੜਾ ਠੀਕ ਹੈ ਤਾਂ ਏਰੀਆ ਤਾਂ ਬੇਸਿਕਲੀ ਇਹ ਭੂਟਾਨ ਦਾ ਹੈ ਪਰ ਚਾਈਨਾ ਨੇ ਇਸ ਨੂੰ ਕੈਪਚਰ ਕਰਕੇ ਇੱਥੇ ਇੱਕ ਵਿਲੇਜ ਬਣਾ ਲਿਆ ਪਾਂਗੜਾ ਵਿਲੇਜ ਠੀਕ ਹੈ ਜੀ ਤਾਂ ਯਾਦ ਹੋਣਾ ਚਾਹੀਦਾ ਹੈ ਕਿ ਪਾਗੜਾ ਵਿਲੇਜ ਕਿਸ ਚੀਜ਼ ਦੇ ਨਾਲ ਸੰਬੰਧਿਤ ਹੈ ਠੀਕ ਹੈ ਔਰ ਬੇਸਿਕਲੀ ਸੈਟਲਾਈਟ ਇਮੇजेस ਦੇ ਵਿੱਚ ਇਹ ਚੀਜ਼ ਸਰੇ ਆਮ ਦਿਖਦੀ ਹੈ ਠੀਕ ਹੈ ਜੀ ਯਾਦ ਰੱਖਣੀ ਹੈ ਨੈਕਸਟ ਹੈ ਵਿਚ ਕੰਟਰੀ ਨੇਮ ਦਾ ਸਾਈਕਲੋਨ ਨੇਵਰ ਜਿਹੜੀ ਆਪਾਂ ਗੱਲ ਕੀਤੀ ਸੀ ਕਿ ਜਿਹੜਾ ਨੇਵਰ ਸਾਈਕਲੋਨ ਹੈ ਨੇਵਰ ਸਾਈਕਲੋਨ ਹੈ ਇਸ ਦਾ ਨਾਮ ਕਿਹੜੀ ਕੰਟਰੀ ਨੇ ਦਿੱਤਾ ਈਰਾਨ ਦੁਆਰਾ ਇਸ ਦਾ ਨਾਮ ਦਿੱਤਾ ਗਿਆ ਠੀਕ ਹੈ ਇਹ ਸਾਈਕਲੋਨ ਕਿੱਥੇ ਆ ਰਿਹਾ ਹੈ ਤਾਮਿਲਨਾਡੂ ਔਰ ਪੋਡੀ ਪੋਨਿਚਰੀ ਡਿਸਟ੍ਰਿਕਟ ਪੋਨਿਚਰੀ ਯੂਟੀ ਦੇ ਵਿੱਚ ਦ ਨੇਵਰ ਸਾਈਕਲੋਨ ਕਿਹੜੀ ਕੰਟਰੀ ਦੁਆਰਾ ਇਸ ਨੂੰ ਨਾਮਿਤ ਕੀਤਾ ਗਿਆ ਹੈ? ਈਰਾਨ ਦੁਆਰਾ। ਠੀਕ ਹੈ। ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰਦੇ ਆਂ ਰੀਸੈਂਟਲੀ ਆਪਾਂ ਕੁਝ ਤੂਫਾਨਾਂ ਦੇ ਬਾਰੇ ਸਾਈਕਲੋਨਸ ਦੇ ਬਾਰੇ ਡਿਸਕਸ ਵੀ ਕੀਤਾ ਸੀ। ਫੋਰ ਐਗਜ਼ਾਮਪਲ ਗੋਨੀ ਗੋਨੀ ਸਾਈਕਲੋਨ ਕਿੱਥੇ ਆਇਆ ਸੀ? ਕਿਹੜੀ ਕੰਟਰੀ ਦੇ ਵਿੱਚ ਆਇਆ ਸੀ? ਫਿਲੀਪੀਨਸ ਦੇ ਵਿੱਚ ਆਇਆ ਸੀ। ਵੀਅਤਨਾਮ ਦੀ ਗੱਲ ਕਰਦੇ ਆਂ ਮੋਲਦੋਵਾ ਮਲੋਵਾ ਮੋਲਵਾ ਸਮਥਿੰਗ ਇਸ ਤਰੀਕੇ ਦਾ ਸਾਈਕਲੋਨ ਆਇਆ ਸੀ। ਠੀਕ ਹੈ। ਇਸ ਤੋਂ ਇਲਾਵਾ ਕੁਝ ਇੰਪੋਰਟੈਂਟ ਸਾਈਕਲੋਨ ਸੀ ਜਿਹੜੇ ਇੰਡੀਆ ਦੇ ਵਿੱਚ ਆਏ ਸੀ ਪਰ ਨਾਮ ਕਿਸੇ ਹੋਰ ਕੰਟਰੀਜ਼ ਵੱਲੋਂ ਦਿੱਤੇ ਗਏ ਸੀ ਫੋਰ ਐਗਜ਼ਾਮਪਲ ਅਮਫਾਨ ਅਮਫਾਨ ਨਾਮ ਕਿਸ ਨੇ ਦਿੱਤਾ ਸੀ ਥਾਈਲੈਂਡ ਨੇ ਦਿੱਤਾ ਸੀ ਇੰਡੀਆ ਦੀ ਵੈਸਟ ਬੰਗਾਲ ਦੀ ਅਗਰ ਆਪਾਂ ਗੱਲ ਕਰਦੇ ਆਂ ਜਾਂ 오ਰਿਸਾ ਦੀ ਗੱਲ ਗੱਲ ਕਰਦੇ ਆਂ ਤਾਂ 오ਰਿਸਾ ਵੈਸਟ ਬੰਗਾਲ ਦੇ ਵਿੱਚ ਕਾਫੀ ਜ਼ਿਆਦਾ ਤੂਫਾਨ ਆਇਆ ਸੀ ਅਮਫਾਨ ਅਮਫਾਨ ਸਾਈਕਲਨ ਥਾਈਲੈਂਡ ਦੁਆਰਾ ਇਸ ਦਾ ਨਾਮ ਦਿੱਤਾ ਗਿਆ ਸੀ ਠੀਕ ਹੈ ਸਿਮਿਲਰਲੀ ਤੂਫਾਨ ਆਇਆ ਸੀ ਇੰਡੀਆ ਦੇ ਵਿੱਚ ਨਿਸਾਰਗਾ ਨਿਸਾਰਗਾ ਤੂਫਾਨ ਦੀ ਅਗਰ ਆਪਾਂ ਗੱਲ ਕਰਦੇ ਆਂ ਤਾਂ ਇਹ ਬੰਗਲਾਦੇਸ਼ ਦੁਆਰਾ ਇਸ ਦਾ ਨਾਮ ਦਿੱਤਾ ਗਿਆ ਸੀ ਨਿਸਾਰਗਾ ਤੂਫਾਨ ਬੰਗਲਾਦੇਸ਼ ਦੁਆਰਾ ਨਾਮ ਦਿੱਤਾ ਗਿਆ ਸੀ ਆਇਆ ਕਿੱਥੇ ਸੀ ਇਹ ਇੰਡੀਆ ਦੇ ਮਹਾਰਾਸ਼ਟਰ ਔਰ ਗੁਜਰਾਤ ਦੇ ਵਿੱਚ ਮਹਾਰਾਸ਼ਟਰ ਔਰ ਗੁਜਰਾਤ ਦੇ ਵਿੱਚ ਠੀਕ ਹੈ ਬੇਸਿਕਲੀ ਕੀ ਕੀਤਾ ਜਾਂਦਾ ਹੈ ਕਿ ਡਿਫਰੈਂਟ ਡਿਫਰੈਂਟ ਕੰਟਰੀਜ਼ ਸਾਈਕਲੋਨਸ ਨੂੰ ਡਿਫਰੈਂਟ ਡਿਫਰੈਂਟ ਨੇਮਸ ਦਿੰਦੀਆਂ ਨੇ ਠੀਕ ਹੈ ਉਹਨਾਂ ਨੇਮਸ ਨੂੰ ਸਿਲੈਕਟ ਕੀਤਾ ਜਾਂਦਾ ਹੈ ਠੀਕ ਹੈ ਉਸ ਤੋਂ ਬਾਅਦ ਉਸ ਨੂੰ ਨਾਮਿਤ ਕੀਤਾ ਜਾਂਦਾ ਹੈ ਠੀਕ ਹੈ ਤਾਂ ਇੰਡੀਆ ਦੁਆਰਾ ਵੀ ਬੇਸਿਕਲੀ ਡਿਫਰੈਂਟ ਡਿਫਰੈਂਟ ਨਾਮ ਦਿੱਤੇ ਗਏ ਨੇ ਡਿਫਰੈਂਟ ਡਿਫਰੈਂਟ ਸਾਈਕਲੋਨਸ ਨੂੰ ਪਰ ਆਪਣੇ ਲਈ ਇੰਪੋਰਟੈਂਟ ਬਣਨੇਗੇ ਇਹ ਵਾਲੇ ਇੰਪੋਰਟੈਂਟ ਫੋਰ ਏਗਜ਼ਾਮਪਲ ਅਮਫਾਨ ਯਾਦ ਰੱਖਣਾ ਹੈ థਾਈਲੈਂਡ ਦੁਆਰਾ ਨਾਮ ਦਿੱਤਾ ਗਿਆ ਨਿਸਾਰਗਾ ਬੰਗਲਾਦੇਸ਼ ਦੁਆਰਾ ਦਿੱਤਾ ਗਿਆ ਨੇਵਰ ਈਰਾਨ ਦੁਆਰਾ ਦਿੱਤਾ ਗਿਆ ਠੀਕ ਹੈ ਇਸ ਤੋਂ ਇਲਾਵਾ ਮੋਲਵੋ ਤੂਫਾਨ ਵੀਅਤਨਾਮ ਦੇ ਵਿੱਚ ਆਇਆ ਸੀ ਔਰ ਇਹ ਵੀ ਯਾਦ ਰੱਖਣਾ ਹੈ ਕਿ ਗੋਨੀ ਤੂਫਾਨ ਕਿੱਥੇ ਆਇਆ ਸੀ ਫਿਲੀਪੀਨਸ ਦੇ ਵਿੱਚ ਨੈਕਸਟ ਹੈ ਹੂ ਹੈਜ਼ ਰਿਪਰੈਜ਼ੈਂਟਡ ਇੰਡੀਆ रिप्रेजेंटेड इंडिया एट अफगानिस्तान टू थाउजेंड ट्वेंटी कॉन्फ्रेंस अफगानिस्तान टू थाउजेंड ट्वेंटी कॉन्फ्रेंस केसने रिप्रजेंट किया इंडिया रिप्रेजेंट किया गया सुब्रमण्यम जयशंकर सुब्रमण्यम जयशंकर एक्सटरनल अफेयरस मिनिस्टर ने राज्यसभा एम पी ने है गुजरात तो ठीक है जी न्यूज़ को थोड़ा डिटेल भी डिस्कस करा मिनिस्टर आप काफ़ी बार डिस्कस कर चुके हैं इस बार डिस्कस नहीं करा सब तो पहले ਨਿਊਜ਼ ਕੀ ਹੈ ਕਿ ਐਕਸਟਰਨਲ ਅਫੇਅਰਜ਼ ਮਿਨਿਸਟਰ ਨੇ ਰਿਪਰੈਜ਼ੈਂਟ ਕੀਤਾ ਇੰਡੀਆ ਨੂੰ ਅਫਗਾਨਿਸਤਾਨ 2020 ਕਾਨਫਰੰਸ ਦੇ ਵਿੱਚ ਅਫਗਾਨਿਸਤਾਨ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਅਸ਼ਰਫ ਘਨੀ ਅਸ਼ਰਫ ਘਨੀ ਦੂਸਰੀ ਵਾਰ ਪ੍ਰੈਜ਼ੀਡੈਂਟ ਪੋਆਇੰਟ ਕੀਤੇ ਗਏ ਨੇ ਤਾਂ ਜਿਹੜੇ ਇਹਨਾਂ ਦੁਆਰਾ ਇੰਡੀਆ ਨੂੰ ਥੈਂਕਸ ਕੀਤਾ ਗਿਆ ਕਿਸ ਦੇ ਲਈ ਕਿਉਂਕਿ ਇੰਡੀਆ ਨੇ ਕਮਿਟ ਕੀਤੇ 2 ਬਿਲੀਅਨ ਦੀ ਇਨਵੈਸਟਮੈਂਟ 2 ਬਿਲੀਅਨ ਡਾਲਰ ਦੀ ਇਨਵੈਸਟਮੈਂਟ ਕਮਿਟ ਕਰ ਲਈ ਹੈ ਅਫਗਾਨਿਸਤਾਨ ਦੇ ਵਿੱਚ ਕਿ ਅਸੀਂ 2 ਬਿਲੀਅਨ ਡਾਲਰ ਇਨਵੈਸਟ ਕਰਾਂਗੇ ਅਫਗਾਨਿਸਤਾਨ ਦੇ ਵਿੱਚ ਠੀਕ ਹੈ ਅਗਰ ਗੱਲ ਕਰਦੇ ਆਂ ਅਫਗਾਨਿਸਤਾਨ ਦੀ ਪਾਰਲੀਮੈਂਟ ਇੰਡੀਆ ਦੁਆਰਾ ਬਣਾਈ ਗਈ ਹੈ ਪਾਰਲੀਮੈਂਟ ਦੀ ਜਿਹੜੀ ਬਿਲਡਿੰਗ ਹੈ ਯਾਦ ਰੱਖਣੀ ਹੈ ਕਿੰਨਾ ਨੇ ਬਣਾਈ ਸੀ ਇੰਡੀਆ ਨੇ ਬਣਾਈ ਸੀ ਇਸ ਤੋਂ ਇਲਾਵਾ ਸੁبرਮਣੀਅਮ ਜੈ ਸ਼ੰਕਰ ਨੇ ਜਿਹੜੇ ਐਕਸਟਰਨਲ ਅਫੇਅਰਸ ਮਿਨਿਸਟਰ ਹੋਰ ਵੀ ਕੰਟਰੀਜ਼ ਦੇ ਵਿੱਚ ਵਿਜ਼ਿਟ ਕਰਨਗੇ ਫੋਰ ਏਗਜ਼ਾਮਪਲ ਬਹਿਰੈਨ ਯੂਏਈ ਔਰ ਸਿਆਚੀਜ਼ ਦੇ ਵਿੱਚ ਬਹਿਰੈਨ ਯੂਏਈ ਔਰ ਸਿਆਚੀਜ਼ ਦੇ ਵਿੱਚ ਵੀ ਵਿਜ਼ਿਟ ਕਰਨਗੇ ਸੁਬਰਮਣੀਅਮ ਜੈ ਸ਼ੰਕਰ ਅਗਰ ਆਪਾਂ ਗੱਲ ਕਰਦੇ ਆਂ ਬਹਿਰੈਨ ਦੀ ਤਾਂ ਬਹਿਰੈਨ ਕੈਪੀਟਲ ਮਨਾਮਾ ਕਰੰਸੀ ਦਿਨਾਰ ਚੱਲਦੀ ਹੈ ਠੀਕ ਹੈ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਯੂਏਈ ਦੀ ਤੇ ਯੂਏਈ ਦੇ ਵਿੱਚ ਯੂਏਈ ਦੀ ਕੈਪੀਟਲ ਹੈ ਯੂਏਈ ਦੀ ਕੈਪੀਟਲ ਅਬੂ ਧABI ਯੂਏਈ ਦੀ ਕੈਪੀਟਲ ਅਬੂ ਧABI ਹੈ ਔਰ CHILS CHILS ਦੀ ਕੈਪੀਟਲ ਦੀ ਗੱਲ ਕਰੀਏ ਵਿਕਟੋਰੀਆ CHILS ਦੀ ਕੈਪੀਟਲ ਵਿਕਟੋਰੀਆ ਜਲਦੀ ਠੀਕ ਹੈ ਇਸ ਤੋਂ ਇਲਾਵਾ CHILS ਬਾਰੇ ਯਾਦ ਰੱਖਣਾ ਰੀਸੈਂਟਲੀ ਆਪਾਂ ਡਿਸਕਸ ਵੀ ਕੀਤਾ ਸੀ ਕਿ ਇੰਡੀਅਨ origin ਦੇ ਇੱਕ ਪਰਸਨ ਨੂੰ ਪ੍ਰਾਈਮ ਮਿੰਿਸਟਰ ਅਪਾਇੰਟ ਕੀਤਾ ਗਿਆ ਸੀ ਸਮਥਿੰਗ ਨਾਮ ਸੀ ਉਹਨਾਂ ਦਾ ਵੇਵਲ వేవల్ రామకృష్ణన్ నామ్ సే ఐ థింక్ యా రఖనా నరేందర్ సింగ్ తోమర్ అగ్రికల్చర్ మినిస్టర్ నే ఇనా ద్వారా సహకార ప్రగ సహకార ప్రగ ప్రోగ్రామ్ షురూ కిత్తా గయా టు ఇంపాట్ ట్రైనింగ్ టాప్ ప్రైమరీ కోఆపరేటివ్ సొసైటీస్ ఇన్ రూరల్ ఏరియాస్ ఇస్ తో అలవా ఇనా కోల్ హి ఫుడ్ ప్రాసెసింగ్ మినిస్ట్రీ హై క్వశ్చన్ ఆఫ్ కన్ఫ్యూజింగ్ దేలి పుచ్చా జా సక్దా హై కి కినా ద్వారా ఇనోగ్రేట్ కిత్తా గయా సుఖਜੀత్ మెగా ఫుడ్ పార్క్ ਸੁਖਜੀਤ ਮੈਗਾ ਫੂਡ ਪਾਰਕ ਕਿੰਨਾ ਦੁਬਾਰਾ ਇਨੋਗਰੇਟ ਕੀਤਾ ਗਿਆ অপਸ਼ਨ ਦੇ ਵਿੱਚ ਦੇ ਦਿੱਤਾ ਜਾਏਗਾ ਹਰਸੀਮਰਤ ਕੌਰ ਬਾਦਲ ਦੁਆਰਾ ਹੁਣ ਤੱਕ ਜਿੰਨੇ ਫੂਡ ਪਾਰਕ ਸੀਗੇ ਹਰਸੀਮਰਤ ਕੌਰ ਬਾਦਲ ਦੁਆਰਾ ਇਨੋਗਰੇਟ ਕੀਤੇ ਗਏ ਸੀ ਕਿਉਂਕਿ ਉਹਨਾਂ ਨਾਲ ਫੂਡ ਪ੍ਰੋਸੈਸਿੰਗ ਮਿਨਿਸਟਰੀ ਸੀ ਇਸ ਬਾਰ ਫੂਡ ਪ੍ਰੋਸੈਸਿੰਗ ਮਿਨਿਸਟਰੀ ਹੁਣ ਕਿੰਨਾ ਰਵੇ ਨਰਿੰਦਰ ਸਿੰਘ ਤੋਮਰ ਰਵੇ ਉਹਨਾਂ ਦੇ ਰੈਜ਼ੀਗਨੇਸ਼ਨ ਤੋਂ ਬਾਅਦ ਮੋਰੀਆਣਾ ਮੱਧ ਪ੍ਰਦੇਸ਼ ਤੋਂ ਲੋਕ ਸਭਾ ਐਮਪੀ ਨੇ ਤਾਂ ਇਹਨਾਂ ਨੇ ਸੁਖਜੀਤ ਮੈਗਾ ਫੂਡ ਪਾਰਕ ਫਗਵਾੜਾ ਪੰਜਾਬ ਦੇ ਵਿੱਚ ਫਗਵਾੜਾ ਕਪੂਰਥਲਾ ਦਾ ਜਿਹੜਾ ਸਿਟੀ ਹੈ ਕਪੂਰਥਲਾ ਜ਼ਿਲ੍ਹੇ ਦੀ ਸਿਟੀ ਹੈ ਫਗਵਾੜਾ ਇੱਥੇ ਇਨੋਗ੍ਰੇਟ ਕੀਤਾ ਗਿਆ ਸੁਖਜੀਤ ਮੈਗਾ ਫੂਡ ਪਾਰਕ ਠੀਕ ਹੈ ਨਾਮ ਇੰਪੋਰਟੈਂਟ ਬਣੇਗਾ ਸੁਖਜੀਤ ਮੈਗਾ ਫੂਡ ਪਾਰਕ ਕਿਉਂਕਿ ਸਿਮਿਲਰ ਤਰੀਕੇ ਨਾਲ ਜ਼ੋਰਮ ਮੈਗਾ ਫੂਡ ਪਾਰਕ ਪੁੱਛਿਆ ਗਿਆ ਸੀ ਜ਼ੋਰਮ ਮੈਗਾ ਫੂਡ ਪਾਰਕ ਪੀ ਜ਼ੋਰਮ ਥਾਂਗਾ ਮਨੀਪੁਰ ਦੀ ਗੱਲ ਕਰਦੇ ਆ ਤਾਂ ਉੱਥੇ ਡਿਵੈਲਪ ਕੀਤਾ ਗਿਆ ਸੀ ਪਲੀਬੀਤ ਪਲੀਬੀਤ ਟਾਈਗਰ ਰਿਜ਼ਰਵ ਕੈਰੀ ਸਟੇਟ ਦੇ ਵਿੱਚ ਹੈ ਪਲੀਬੀਤ ਟਾਈਗਰ ਰਿਜ਼ਰਵ ਕਿਹੜੀ ਸਟੇਟ ਦੇ ਵਿੱਚ ਹੈ ਇਹ ਯੂਪੀ ਦੇ ਵਿੱਚ ਹੈ ਪਿਲੀਭੀਟ ਟਾਈਗਰ ਰਿਜ਼ਰਵ ਕਿੱਥੇ ਹੈ ਯੂਪੀ ਦੇ ਵਿੱਚ ਹੈ ਠੀਕ ਹੈ ਕੁਸ਼ਣ ਇਸੇ ਤਰੀਕੇ ਨਾਲ ਸਟੈਟਿਕ ਫਾਰਮ ਦੇ ਵਿੱਚ ਵੀ ਪੁੱਛਿਆ ਜਾ ਸਕਦਾ ਹੈ ਬੇਸਿਕਲੀ ਕੀ ਹੈ ਕਿ ਇਸ ਨੂੰ ਇੱਕ ਅਵਾਰਡ ਦਿੱਤਾ ਗਿਆ ਇਸ ਨੂੰ ਅਵਾਰਡ ਦਿੱਤਾ ਗਿਆ ਡੀਟੇਲ ਦੇ ਵਿੱਚ ਡਿਸਕਸ ਕਰਦੇ ਹਾਂ ਸਭ ਤੋਂ ਪਹਿਲੇ ਕੁਝ ਇੰਪੋਰਟੈਂਟ ਗੱਲ ਕਰੀਏ ਤਾਂ ਟਾਈਗਰ ਰਿਜ਼ਰਵ ਦੇ ਵਿੱਚ ਟਾਈਗਰਸ ਦੇ ਲਈ ਜਿਹੜਾ ਐਕਟ ਬਣਾਇਆ ਗਿਆ ਸੀ ਪ੍ਰੋਜੈਕਟ ਟਾਈਗਰ ਹੈ ਜਿਹੜਾ 1973 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਕਵੈਸਚਨ ਪੁੱਛਿਆ ਗਿਆ ਸੀ ਕਾਫੀ ਐਗਜ਼ਾਮ ਦੇ ਵਿੱਚ ਅਗਰ ਅੱਪਾ ਗੱਲ ਕਰਦੇ ਆ ਤਾਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਐਗਜ਼ਾਮ ਦੇ ਵਿੱਚ ਵੀ ਇਸ ਕਵੈਸਚਨ ਨੂੰ ਪੁੱਛਿਆ ਗਿਆ ਸੀ ਇਸ ਤੋਂ ਇਲਾਵਾ ਅਗਰ ਅੱਪਾ ਗੱਲ ਕਰੀਏ ਯੂਪੀ ਦੇ ਵਿੱਚ ਹੀ ਇੱਕ ਹੋਰ ਟਾਈਗਰ ਰਿਜ਼ਰਵ ਹੈ ਉਸ ਦੇ ਬਾਰੇ ਵੀ ਯਾਦ ਰੱਖਣਾ ਹੈ ਅਮਨਗੜ ਅਮਨਗੜ ਟਾਈਗਰ ਰਿਜ਼ਰਵ ਯੂਪੀ ਦੇ ਵਿੱਚ ਹੈ ਔਰ ਅਮਰਾਬਾਦ ਇੱਥੇ ਥੋੜੀ ਕਨਫਿਊਜ਼ਨ ਹੁੰਦੀ ਹੈ ਅਮਨਗੜ ਯੂਪੀ ਦੇ ਵਿੱਚ ਅਮਰਾਬਾਦ ਅਮਰਾਬਾਦ ਤੇਲੰਗਾਨਾ ਦੇ ਵਿੱਚ ਦੋਨੋਂ ਯਾਦ ਰੱਖਣੇ ਨੇ ਠੀਕ ਹੈ ਜੀ ਇਸ ਤੋਂ ਇਲਾਵਾ ਵਾਇਰਲ ਸੈਂਟਰੀਜ਼ ਆਪਾਂ ਡਿਸਕਸ ਕਰਦੇ ਚੱਲ ਰਹੇ ਆ ਨੈਸ਼ਨਲ ਪਾਰਕ ਇੱਕ ਵਾਰ ਡਿਸਕਸ ਕਰ ਲੈਣੇ ਆ ਯੂਪੀ ਦੇ ਵਿੱਚ ਇੱਕ ਸਿੰਗਲ ਨੈਸ਼ਨਲ ਪਾਰਕ ਹੈ ਦੁਦਵਾ ਮਹਾਰਾਸ਼ਟਰ ਦੀ ਗੱਲ ਕਰਦੇ ਆ ਤਾਂ ਚੰਡੋਲੀ ਨਵੇਂ گاؤں ਤਬੋਦਾ ਔਰ ਗੂਗਾਮਲ ਚੰਗੋਲੀ ਨਵੇਂ گاؤں ਤਬੋਬਾ ਔਰ ਗੂਗਾਮਲ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਦੀ ਗੱਲ ਕਰਦੇ ਆ ਤਾਂ ਗ੍ਰੇਟ ਹਿਮਾਲੀਅਨ ਨੈਸ਼ਨਲ ਪਾਰਕ ਪਿੰਨ ਵੈਲੀ ਨੈਸ਼ਨਲ ਪਾਰਕ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਗ੍ਰੇਟ ਹਿਮਾਲੀਅਨ ਪਿੰਨ ਵੈਲੀ इंदर किला इंदर किला नेशनल पार्क खिर गंगा पार्क सिंबली बाड़ा नेशनल पार्क वेस्ट बंगाल वेस्ट बंगाल की अगर आप गल करिए इंपोर्टेंट नेशनल पार्क है बक्सा बक्सा याद रखना है जलादा पारा याद रखना है इस तो इलावा एक सब तो इंपोर्टेंट सुंदरबन सुंदरबन और नेोरा बक्सा नेशनल पार्क जलदा पारा पार्क सुंदरबन नेशनल पार्क और न्योरा नेशनल पार्क एमपी ਦੇ ਬਾਰੇ ਤਾਂ ਹਰ ਇੱਕ ਨੂੰ ਪਤਾ ਹੀ ਹੋਏਗਾ एमपी ਦੇ ਬਾਰੇ ਆਪਾਂ ਕਾਫੀ ਵਾਰ ਡਿਸਕਸ ਕੀਤਾ ਹੈ ਕਾਫੀ ਜ਼ਿਆਦਾ ਨੈਸ਼ਨਲ ਪਾਰਕਸ ਨੇ ਸਿੰਗਲ ਲਾਈਨ ਦੇ ਵੀ ਡਿਸਕਸ ਕਰਦੇ ਹੁੰਦੇ ਆ ਬਾਂਦਵਗੜ ਤੋਂ ਬਾਂਦਵਗੜ ਕੁਨੋ ਕਾਣਾ ਮਾਧਵਪੰਨਾ ਪੈਂਚ ਫੋਸਿਲ ਸਤਪੁੜਾ वनविहा ਬਾਂਦਵਗੜ ਕੁਨੋ ਕਾਣਾ ਮਾਧਵਪੰਨਾ ਪੈਂਚ ਫੋਸਿਲ ਸਤਪੁੜਾ वनविहा ਸਾਰੇ ਨੈਸ਼ਨਲ ਪਾਰਕਸ एमपी ਦੇ ਵਿੱਚ ਇਸ ਤੋਂ ਇਲਾਵਾ ਬਾਕੀ ਸਟੇਟ ਰਿਲੇਟਡ ਵੀ ਨਿਊਜ਼ ਨੇ ਔਰ ਟਾਈਗਰ ਰਿਜ਼ਰਵ ਵਾਲੀ ਨਿਊਜ਼ ਨੂੰ ਵੀ ਡਿਟੇਲ ਦੇ ਵਿੱਚ ਡਿਸਕਸ ਕਰਦੇ ਆ ਸਭ ਤੋਂ ਪਹਿਲੇ ਪਿਲੀਭੀਤ ਟਾਈਗਰ ਰਿਜ਼ਰਵ ਹੈ ਯੂਪੀ ਦਾ ਇਸਨੇ ਟੀ ਐਕਸ 2 ਟੀ ਇੰਟੂ 2 ਟੀ ਐਕਸ 2 ਨਹੀਂ ਹੈ ਇਹ ਟੀ ਇੰਟੂ 2 ਯਾਨੀ ਕਿ ਟੀ ਮਲਟੀਪਲਾਈ 2 어ਵਾਰਡ ਟੀ ਮਲਟੀਪਲਾਈ 2 어ਵਾਰਡ ਸ਼ੁਰੂ ਕੀਤਾ ਗਿਆ ਸੀ ਕਿ ਟਾਈਗਰਸ ਦੀ ਜਿਹੜੀ ਪੋਪੂਲੇਸ਼ਨ ਹੈ ਡਬਲ ਕਰਨੀ ਹੈ ਟੀ ਇੰਟੂ 2 ਯਾਨੀ ਕਿ ਪੋਪੂਲੇਸ਼ਨ ਨੂੰ ਡਬਲ ਕਰਨਾ ਫੋਰ ਰਿਕੋਗਨਾਈਜੇਸ਼ਨ ਇਸ ਐਫਰਟ ਟੂ ਡਬਲ ਟਾਈਗਰ ਪੋਪੂਲੇਸ਼ਨ 4 ਸਾਲਾਂ ਦੇ ਬਾਅਦ ਇਸ 어ਵਾਰਡ ਨੂੰ ਦਿੱਤਾ ਜਾਂਦਾ ਹੈ 2014 ਦੇ ਵਿੱਚ 25 ਪੋਪੂਲੇਸ਼ਨ ਸੀਗੀ ਟਾਈਗਰਸ ਦੀ ਪਿਲੀਭੀਤ ਟਾਈਗਰ ਰਿਜ਼ਰਵ ਦੇ ਵਿੱਚ 65 ਕਰ ਦਿੱਤੀ ਹੈ 2018 ਦੇ ਵਿੱਚ ਠੀਕ ਹੈ ਤਾਂ ਯਾਨੀ ਕਿ ਡਬਲ ਤੋਂ ਵੀ ਜ਼ਿਆਦਾ ਕੀਤੀ ਗਈ ਹੈ 65 2018 ਦੇ ਵਿੱਚ ਇਸ ਕਰਕੇ ਇਹ ਅਵਾਰਡ ਇਹਨਾਂ ਨੂੰ ਦਿੱਤਾ ਗਿਆ ਐਮਪੀ ਦੀ ਗੱਲ ਕਰਦੇ ਹਾਂ ਤਾਂ ਪਹਿਲੀ ਕਿਸਾਨ ਰੇਲ ਪਹਿਲੀ ਕਿਸਾਨ ਰੇਲ ਤੁਹਾਨੂੰ ਯਾਦ ਹੋਵੇਗਾ ਆਪਾਂ ਡਿਸਕਸ ਕੀਤੀ ਸੀ ਪਹਿਲੀ ਕਿਸਾਨ ਰੇਲ ਦੇਵਲਾਲੀ ਮਹਾਰਾਸ਼ਟਰ ਤੋਂ ਚਲਾਈ ਗਈ ਸੀ ਦੇਵਲਾਲੀ ਮਹਾਰਾਸ਼ਟਰ ਤੋਂ 나ਸਿਕ ਤੱਕ ਚਲਾਈ ਗਈ ਸੀ ਉਸ ਤੋਂ ਬਾਅਦ ਆਪਾਂ ਨੇ ਹੋਰ ਵੀ ਕਿਸਾਨ ਰੇਲ ਡਿਸਕਸ ਕੀਤੀਆਂ ਸੀ ਫਾਰ ਇਗਜ਼ਾਮਪਲ ਅਨੰਤਪੁਰ ਤੋਂ ਅਨੰਤਪੁਰ ਆਂਧਰਾ ਪ੍ਰਦੇਸ਼ ਤੋਂ ਦਿੱਲੀ ਹੋ ਗਈ ਜਾਂ ਫਿਰ ਹੋਰ ਵੀ ਕਾਫੀ ਸੀਗੀਆਂ ਬੇਸਿਕਲੀ ਚਾਰ ਆਈ ਥਿੰਕ ਅਪਾ ਡਿਸਕਸ ਕੀਤੀਆਂ ਹੋਈਆਂ ਨੇ ਤਾਂ ਇਹ ਇੰਪੋਰਟੈਂਟ ਬਣੀ ਹੈ ਕਿਉਂਕਿ ਵੈਸਟਰਨ ਰੇਲਵੇ ਦੀ ਪਹਿਲੀ ਇਹ ਠੀਕ ਹੈ ਕੀਵਰਡ ਬਣੇਗਾ ਆਪਣਾ ਵੈਸਟਰਨ ਰੇਲਵੇ ਦੀ ਪਹਿਲੀ ਕਿਸਾਨ ਰੇਲ ਕਿੱਥੋਂ ਚਲਾਈ ਗਈ ਹੈ Indore MP ਤੋਂ Assam ਚਲਾਈ ਗਈ ਹੈ Indore MP ਤੋਂ New Guwahati Station Assam ਤੱਕ ਇਸ ਨੂੰ ਚਲਾਇਆ ਗਿਆ ਨੈਕਸਟ ਵੈਸਟ ਬੰਗਾਲ ਦੀ ਗੱਲ ਕਰਦੇ ਹਾਂ ਤਾਂ ਵੈਸਟ ਬੰਗਾਲ ਗਵਰਨਮੈਂਟ ਦੁਆਰਾ दो स्कीम्स शुरू की गई ने दोआरे दुआरे पश्चिम बंगाल सरकार दुआरे दुआरे पश्चिम बंगाल सरकार इसका मतलब है वेस्ट बंगाल गवर्नमेंट एट एवरी डोस्ट है। और दूसरी स्कीम करमल धमा कर करमल धर्मा करमल धर्मा यानी कि वर्क इज़ वर्शिप वर्क इज़ वर्शिप दो स्कीम्स लॉन्च की स्कीम् गई ने जिस दे अंडर वेस्ट बंगाल गवर्नमेंट मोटरसाइकल्स प्रोवाइड करवाएगी यूथ ਫੋਰ ਰਨਿੰਗ ਸਮਾਲ ਬਿਜ਼ਨੈਸਿਸ ਸਮਾਲ ਬਿਜ਼ਨੈਸਿਸ ਨੂੰ ਚਲਾਉਣ ਦੇ ਲਈ ਯੂਥ ਨੂੰ ਮੋਟਰਸਾਈਕਲਸ ਪ੍ਰੋਵਾਈਡ ਕੀਤੇ ਜਾਣਗੇ ਠੀਕ ਹੈ ਜੀ ਬੇਸਿਕਲੀ ਕੋਆਪਰੇਟਿਵ ਬੈਂਕਸ ਦੀ ਹੈਲਪ ਦੇ ਨਾਲ ਇਸ ਨੂੰ ਪ੍ਰੋਵਾਈਡ ਕੀਤਾ ਜਾਏਗਾ ਇਸ ਦੇ ਅੰਡਰ ਹੀ ਡਿਫਰੈਂਟ ਡਿਫਰੈਂਟ ਇਨੀਸ਼ੀਏਟਿਵਸ ਹੋਰ ਵੀ ਲਿੱਤੇ ਜਾਣਗੇ ਯੂਥ ਦੀ ਹੈਲਪ ਦੇ ਲਈ ਨੈਕਸਟ ਹੈ ਹਿਮਾਚਲ ਪ੍ਰਦੇਸ਼ ਦੀ ਗੱਲ ਕਰਦੇ ਹਾਂ ਤਾਂ ਹਿਮਾਚਲ ਪ੍ਰਦੇਸ਼ ਗਵਰਨਮੈਂਟ ਦੁਆਰਾ ਕੋਵਿਡ-19 ਪੈਂਡੈਮਿਕ ਦੇ ਬਾਰੇ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਹਿਮ ਸੁਰੱਖਿਆ ਅਭਿਆਨ ਹਿਮ ਸੁਰੱਖਿਆ ਅਭਿਆਨ ਲਾਂਚ ਕੀਤਾ ਗਿਆ ਹਿਮਾਚਲ ਪ੍ਰਦੇਸ਼ ਦੁਆਰਾ ਹੀ ਹਿਮ ਹਲਦੀ ਦੁੱਧ ਯੋਜਨਾ ਵੀ ਲਾਂਚ ਕੀਤੀ ਗਈ ਸੀ ਇਹ ਵੀ ਯਾਦ ਰੱਖਣੀ ਹੈ ਠੀਕ ਹੈ ਜੀ ਅੱਜ ਦੇ ਲਈ ਬਸ ਇੰਨਾ ਹੀ ਆਈ ਹੋਪ ਤੁਹਾਨੂੰ ਸੈਸ਼ਨ ਪਸੰਦ ਆਇਆ ਹੋਵੇਗਾ ਸੈਸ਼ਨ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਦੇ ਰਹੋ ਕਾਈਂਡਲੀ ਆਪਣੇ ਫਰੈਂਡਸ ਦੇ ਨਾਲ ਥੈਂਕ ਯੂ ਫॉर ਵਾਚਿੰਗ ਦ ਸੈਸ਼ਨ ਗੁੱਡ ਬਾਏ